ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਅਸੀਂ ਤੁਹਾਡਾ ਪੰਜਾਬ ਦੇ ਕਰੰਟ ਅਫੇਅਰਸ। ਜਿਵੇਂ ਕਿ ਅਸੀਂ ਪ੍ਰੋਮਿਸ ਕੀਤਾ ਸੀਗਾ ਕਿ ਪਾਰਟ 2 ਤੋਂ ਬਾਅਦ ਪਾਰਟ 3 ਜਲਦੀ ਲੈ ਕੇ ਆਵਾਂਗੇ। ਸੋ ਸਭ ਤੋਂ ਪਹਿਲਾਂ ਕਰੰਟ ਅਫੇਅਰ ਹੈ ਜੀ ਪਾਵਰ ਕੱਟਸ ਇਨ ਪੰਜਾਬ। ਪੰਜਾਬ 'ਚ ਲੱਗਣ ਵਾਲੇ ਜਿਹੜੇ ਬਿਜਲੀ ਦੇ ਕੱਟ ਹੈ ਜੀ, ਜਦੋਂ ਦੇ ਬਿਜਲੀ ਦੇ ਕੱਟ ਲੱਗੇ ਆ ਤਾਂ ਪੰਜਾਬ ਦੇ ਜਿਹੜੇ ਥਰਮਲ ਪਲਾਂਟ ਆ ਆਪਣੇ ਆਪ ਖਬਰਾਂ 'ਚ ਆ ਗਏ। ਸਰਕਾਰੀ ਥਰਮਲ ਪਲਾਂਟ ਦਾ ਤੁਹਾਡੀਆਂ ਸਟੈਟਿਕ ਕਿਤਾਬਾਂ 'ਚ ਬਹੁਤ ਲਿਖੇ ਹੋਏ ਆ ਕਿ ਫਲਾਣਾ ਥਰਮਲ ਪਲਾਂਟ 'ਤੇ ਆ, ਠੀਕ ਆ, ਇਹ ਇੱਕ ਗੁਰੂ ਨਾਨਕ ਦੇਵ ਥਰਮਲ ਪਲਾਂਟ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ। ਪਰ ਅਸਲੀ ਇੰਪੋਰਟੈਂਟ ਨੇ ਜਿਹੜੇ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਨੇ, ਜਿਹੜੇ ਬੇਸਿਕਲੀ ਕੰਟਰੋਵਰਸੀ ਦਾ ਸਭ ਤੋਂ ਵੱਡਾ ਅੱਡਾ ਬਣੇ ਹੋਏ ਆ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲਾਂਟ ਬਾਰੇ, ਜਿਹਦੇ 'ਤੇ ਪਿਛਲੀ ਚੰਨੀ ਸਾਹਿਬ ਦੀ ਸਰਕਾਰ ਨੇ ਵੀ ਐਕਸ਼ਨ ਲਿਆ ਸੀਗਾ। ਕੋਲ ਬੇਸਡ ਥਰਮਲ ਪਲਾਂਟ ਆ, ਤਰਨ ਤਾਰਨ 'ਚ ਲੱਗਿਆ ਹੋਇਆ, GVK ਗਰੁੱਪ ਚਲਾ ਰਿਹਾ ਹੈ ਅਤੇ ਕੋਲਾ ਆਉਂਦਾ ਇਹਦਾ ਝਾਰਖੰਡ ਤੋਂ। ਚਾਰ ਗੱਲਾਂ ਕੰਮ ਦੀਆਂ ਸੀ, ਪਤਾ ਲੱਗ ਗਈਆਂ। ਆ ਜਾਓ ਅੱਗੇ ਜੀ, ਰਾਜਪੁਰੇ ਵਾਲਾ ਥਰਮਲ ਪਲਾਂਟ ਆ ਜੀ, ਜਿਹੜਾ ਇਹ ਰਾਜਪੁਰੇ ਦੇ ਨੇੜੇ ਪਿੰਡ ਨਲਾਸ਼ 'ਚ, ਠੀਕ ਆ, ਪਟਿਆਲੇ ਜ਼ਿਲ੍ਹੇ 'ਚ, ਅਤੇ ਲਾਰਸਨ ਇਹਨੇ ਟਰਬੋਏ ਨੂੰ ਚਲਾ ਰਹੀ ਹੈ। ਅੱਗੇ ਗੱਲ ਕਰਦੇ ਹਾਂ ਤਲਵੰਡੀ ਸਾਬੋ ਵਾਲਾ। ਤਲਵੰਡੀ ਸਾਬੋ ਵਾਲਾ ਥਰਮਲ ਪਲਾਂਟ ਜਿਹੜਾ ਜੀ ਇਹ ਮਾਨਸਾ ਡਿਸਟ੍ਰਿਕਟ 'ਚ ਆ ਅਤੇ ਇਹਨੂੰ TSPL ਚਲਾ ਰਹੀ ਹੈ, ਜਿਹੜੀ ਕਿ ਵਿਦਾਂਤਾ ਗਰੁੱਪ ਦੀ ਸਬਸਿਡਰੀ, ਇੱਕ ਸਹਾਇਕ ਕੰਪਨੀ ਆ। ਸੋ ਆ ਕਰੰਟ ਅਫੇਅਰਸ ਸੀਗਾ। ਅੱਗੇ ਗੱਲ ਕਰਦੇ ਹਾਂ ਜੀ ਪੰਜਾਬ 'ਚ ਆਈ ਸਕੀਮ ਪਾਣੀ ਬਚਾਓ ਪੈਸੇ ਕਮਾਓ। ਪੰਜਾਬ ਸਰਕਾਰ ਨਾ ਪਾਣੀ ਬਚਾਉਣ ਵਾਸਤੇ, ਜਿਹੜਾ ਜ਼ਮੀਨ ਦੇ ਥੱਲੇ ਵਾਲਾ ਪਾਣੀ ਆ ਉਹਨੂੰ ਬਚਾਉਣ ਵਾਸਤੇ ਪੰਜਾਬ ਦੀ ਸਰਕਾਰ ਹਮੇਸ਼ਾ ਸੰਜੀਦਾ ਰਹੀ ਹੈ। ਸੰਜੀਦਾ ਰਹੀ ਆ ਕਿ ਨਹੀਂ ਰਹੀ, ਵੈਸੇ ਤੁਸੀਂ ਮੈਂ ਤਾਂ ਗੱਲ ਦੱਸਦਾ, ਅੰਦਾਜ਼ਾ ਤੁਸੀਂ ਆਪ ਲਾ ਲਿਓ। ਜਦੋਂ ਪੰਜਾਬ 'ਚ ਬਾਦਲ ਸਾਹਿਬ ਦੀ ਸਰਕਾਰ ਸੀ, ਵੇਲਾ 2008-09 ਦਾ ਹੈ, ਉਸ ਟਾਈਮ ਪੰਜਾਬ 'ਚ ਇੱਕ ਕਾਨੂੰਨ ਪਾਸ ਹੋਇਆ ਸੀਗਾ ਕਿ ਦੀ ਸਬ ਸੋਇਲ ਵਾਟਰ ਕੰਜ਼ਰਵੇਸ਼ਨ ਐਕਟ 2009, ਠੀਕ ਆ ਜੀ, ਕਿ ਪੰਜਾਬ ਦੇ ਵਿੱਚ ਜਿਹੜਾ ਜ਼ਮੀਨ ਤੋਂ ਥੱਲੇ ਦਾ ਪਾਣੀ ਆ ਉਹਨੂੰ ਬਚਾਇਆ ਜਾਵੇ, ਕਿਉਂਕਿ ਪੇਪਰ 'ਚ ਆ ਜਾਂਦਾ ਕਿ ਸਬ ਸੋਇਲ ਕੰਜ਼ਰਵੇਸ਼ਨ ਐਕਟ ਪੰਜਾਬ 'ਚ ਜਿਹੜਾ ਸੀ ਕਦੋਂ ਪਾਸ ਹੋਇਆ ਸੀ। ਇਹ ਉਹੀ ਸਾਲ ਆ ਜਦੋਂ ਪੰਜਾਬ ਦੇ ਵਿੱਚ ਨਾ ਸਪੈਸ਼ਲ ਇਕਨੋਮਿਕ ਜ਼ੋਨ ਐਕਟ 2009 ਵੀ ਪਾਸ ਹੋਇਆ ਸੀਗਾ। ਇਹ ਸਬ ਸੋਇਲ ਐਕਟ 'ਚ ਕਿਹਾ ਗਿਆ ਸੀ ਕਿ ਬਈ ਝੋਨੇ ਦੀ ਪਨੀਰੀ 10 ਮਈ ਤੋਂ ਪਹਿਲਾਂ ਅਤੇ ਝੋਨਾ 10 ਜੂਨ ਤੋਂ ਪਹਿਲਾਂ ਨਹੀਂ ਲਾਉਣਾ। ਫਿਰ ਹੌਲੀ ਹੌਲੀ ਇਸ ਤਰੀਕ ਨੂੰ ਵਧਾ ਵਧਾ ਕੇ 15 ਤੱਕ ਲਿਜਾਇਆ ਗਿਆ। ਹੁਣ ਝੋਨੇ ਦੀ ਸਿੱਧੀ ਖੇਤੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਠੀਕ ਆ, ਝੋਨੇ ਦੀ ਸਿੱਧੀ ਖੇਤੀ ਨੂੰ ਲੈ ਕੇ ਕਿ ਝੋਨਾ ਸਿੱਧੀ ਬਿਜਾਈ ਨੂੰ ਲੈ ਕੇ ਜਿਹੜੀ ਟੈਕਨੀਕ ਇਸ ਟਾਈਮ ਕਰੰਟ ਅਫੇਅਰਸ 'ਚ ਆ, ਤੁਸੀਂ ਮੈਨੂੰ ਇਹ ਦੱਸੋਗੇ ਕਿ ਉਸ ਟੈਕਨੀਕ ਨੂੰ ਕੀ ਕਿਹਾ ਜਾਂਦਾ ਹੈ, ਕਿਉਂਕਿ ਮੈਂ ਤਾਂ ਅਗਲੇ ਲੈਕਚਰਸ ਦੇ ਕਰੰਟ ਅਫੇਅਰਸ 'ਚ ਪੜ੍ਹਾਈ ਦੇਣਾ ਹੈ, ਉਦੋਂ ਤੱਕ ਤੁਸੀਂ ਦੱਸ ਦਿਓ ਅਤੇ ਉਸ ਟੈਕਨੀਕ 'ਤੇ ਪੰਜਾਬ ਸਰਕਾਰ ਨੇ ਕੀ ਔਫਰ ਦਿੱਤਾ ਇਹ ਵੀ ਦੱਸ ਦਿਓ, ਠੀਕ ਆ ਜੀ। ਇਹ ਗੱਲ ਕਲੀਅਰ ਆ ਕਿ ਪੰਜਾਬ ਸਰਕਾਰ ਨੇ ਪੈਸੇ ਬਚਾਓ ਇਹ ਸਕੀਮ ਜਿਹੜੀ ਸੀਗੀ ਇਹ ਸ਼ੁਰੂ ਕੀਤੀ ਸੀ ਇਹ ਕੈਪਟਨ ਸਾਹਿਬ ਦੇ ਵੇਲੇ, ਅਤੇ ਇਸ ਸਕੀਮ ਨੂੰ ਇੰਪਲੀਮੈਂਟ ਕਰਨ ਦੀ ਸਿੱਧੀ ਸਿੱਧੀ ਜ਼ਿੰਮੇਵਾਰੀ PSPCL ਦੀ ਆ। ਇਹਦੇ ਤਹਿਤ ਮੋਟਰਾਂ 'ਤੇ ਮੀਟਰ ਲੱਗਣਗੇ, ਮੋਟਰਾਂ 'ਤੇ ਮੀਟਰਾਂ ਦੇ ਬਿੱਲ ਨਹੀਂ ਆਉਣਗੇ, ਜਿੰਨਾ ਤੁਹਾਡੀ ਹੋਰਸ ਪਾਵਰ ਆ ਜੇ ਤੁਸੀਂ ਉਹਦੇ ਤੋਂ ਘੱਟ ਬਿਜਲੀ ਵਰਤੋਗੇ ਤਾਂ ਤੁਹਾਨੂੰ ਉਹਦੇ ਪੈਸੇ ਮਿਲਣਗੇ। ਲੋਕਾਂ ਨੂੰ ਬਸ ਇਹ ਡਰ ਆ ਕਿ ਜਿਹੜੇ ਮੀਟਰ ਬਾਦਲ ਸਾਹਿਬ ਨੇ ਲਾਏ ਸੀਗੇ ਮੋਟਰਾਂ ਦੇ, ਇਹ ਬਹਾਨੇ ਸਿਰ ਪਹਿਲਾਂ ਮੀਟਰ ਲਾਉਣਗੇ ਫਿਰ ਬਿੱਲ ਲਾਉਣਗੇ, ਤਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ, ਅਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਨੂੰ ਇਹ ਸਕੀਮ ਜਿਹੜੀ ਸੀ ਉਹਨੂੰ ਅੱਧ ਵਿਚਾਲੀ ਰੋਕਣਾ ਪੈ ਗਿਆ, ਠੀਕ ਆ ਜੀ। ਇੱਕ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸ਼ੁਰੂ ਕੀਤੀ ਸੀ ਇਹ, ਅਤੇ ਇਹਦੇ 'ਚ ਇਹ ਕਲੀਅਰ ਗੱਲ ਆ, ਇਹ ਸਾਫ਼ ਕਿਹਾ ਗਿਆ ਕਿ ਇਹ ਸਕੀਮ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕ ਇਹ ਸਕੀਮ ਲੈਣਾ ਚਾਹੁੰਦੇ ਆ, ਅਦਰਵਾਈਜ਼ ਇਹ ਕਿਸੇ ਹੋਰ ਲੋਕਾਂ ਵਾਸਤੇ ਨਹੀਂ ਹੋਊਗੀ। ਜਿਹੜੇ ਲੋਕ ਮਤਲਬ ਕਿ ਇਸ ਸਕੀਮ 'ਚ ਸਹੀ ਤਰੀਕੇ ਨਾਲ ਬਿਜਲੀ ਬਚਾਉਣਗੇ ਉਹਨਾਂ ਨੂੰ 8 ਘੰਟੇ ਜਿਹੜੀ ਕਿ ਬਿਜਲੀ ਆਉਂਦੀ ਆ ਉਹ ਤੋਂ 2 ਘੰਟੇ ਐਕਸਟਰਾ ਬਿਜਲੀ ਦਿੱਤੀ ਜਾਊਗੀ, ਅਤੇ ਜਿੰਨੀ ਬਿਜਲੀ ਉਹ ਸੇਵ ਕਰਨਗੇ 1 ਯੂਨਿਟ ਸੇਵ ਕਰਨ ਦੇ 4 ਪੈਸੇ ਦਿੱਤੇ ਜਾਣਗੇ, ਅਤੇ ਉਹ ਸਕੀਮ ਪੈਸੇ ਜਿਹੜੇ ਆ ਉਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੇ ਥਰੂ ਸਿੱਧੇ ਲੋਕਾਂ ਦੇ ਖਾਤੇ 'ਚ ਜਾਣਗੇ। ਇਹ ਪੰਜਾਬ ਸਰਕਾਰ ਦੀ ਸਕੀਮ ਸੀ, ਪਰ ਜਿੱਥੇ ਲੋਕਾਂ ਨੂੰ ਪਤਾ ਲੱਗ ਜੇ ਅੱਛਾ ਉਹ ਅਸੀਂ ਤਾਂ 10 ਸਾਲ ਬਾਦਲ ਸਾਹਿਬ ਦੀ ਸਰਕਾਰ ਹੀ ਇਸ ਮਸਲੇ 'ਤੇ ਬਣਾ ਤੀ ਕਿ ਮੋਟਰਾਂ ਦੇ ਬਿੱਲ ਨਹੀਂ ਲਾਉਣੇ, ਤਾਂ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਕੈਪਟਨ ਸਾਹਿਬ ਨੂੰ 2017 'ਚ ਪੂਰੀ ਕਲੈਰਿਟੀ ਦੇਣੀ ਪਈ ਸੀ ਕਿ ਬਿੱਲ ਜੇ ਅਸੀਂ ਆਏ ਅਸੀਂ ਵੀ ਨਹੀਂ ਲਾਉਣਗੇ, ਫਿਰ ਜਾ ਕੇ ਲੋਕਾਂ ਨੇ ਕੈਪਟਨ ਸਾਹਿਬ ਨੂੰ ਮੌਕਾ ਦਿੱਤਾ ਸੀਗਾ, ਤਾਂ ਕੈਪਟਨ ਸਾਹਿਬ ਉਸ ਤੋਂ ਬਾਅਦ ਫਿਰ ਭੁੱਲ ਗਏ ਲੋਕਾਂ, ਉਹਨਾਂ ਨੂੰ ਲੱਗਿਆ ਕਿ ਲੋਕ ਕਿਹੜਾ ਹੁਣ ਯਾਦ ਕਰਨਗੇ, ਪਰ ਲੋਕ ਵੀ ਯਾਦ ਕਰਾ ਕਰੂ ਦਿੰਦੇ ਆ। ਅੱਗੇ ਆ ਗਿਆ ਜੀ FIA Star ਅਵਾਰਡ, ਠੀਕ ਆ, ਇਹ ਜਿਹੜੇ FIA Star ਅਵਾਰਡ ਆ ਬੇਸਿਕਲੀ ਇਹ ਹਾਕੀ ਨਾਲ ਸੰਬੰਧਿਤ ਇੰਟਰਨੈਸ਼ਨਲ ਅਵਾਰਡ ਆ, ਖਬਰਾਂ 'ਚ ਇਸ ਕਰਕੇ ਆ ਕਿ ਭਾਰਤੀਆਂ ਨੇ ਇਸ ਅਵਾਰਡਸ ਦੇ ਵਿੱਚ ਮੱਲਾਂ ਮਾਰੀਆਂ ਅਤੇ ਭਾਰਤੀਆਂ ਦੇ ਵਿੱਚੋਂ ਵੀ ਪੰਜਾਬੀਆਂ ਨੇ ਮੱਲਾਂ ਮਾਰੀਆਂ, ਇਸ ਕਰਕੇ ਇਹ ਪੰਜਾਬ ਦੇ ਕਰੰਟ ਅਫੇਅਰਸ 'ਚ ਆਏ ਆ। 2021 'ਚ ਅਵਾਰਡ ਦਿੱਤੇ ਗਏ ਆ ਔਨਲਾਈਨ ਵੋਟਿੰਗ ਦੇ ਥਰੂ, ਇਹਨਾਂ ਦਾ ਨਾਮ ਲਿਆ ਗਿਆ ਪਲੇਅਰ ਆਫ ਦਾ ਵੀਅਰ ਹਰਮਨਪ੍ਰੀਤ ਸਿੰਘ ਮੈਨ ਅਤੇ ਗੁਰਜੀਤ ਕੌਰ ਵਿਮੈਨ ਹਾਕੀ 'ਚ, ਠੀਕ ਆ, ਗੋਲਕੀਪਰ PR ਸੁਰੇਸ਼ ਅਤੇ ਸਵਿਤਾ ਪੂਨੀਆ ਵਿਮੈਨ, ਅਤੇ ਰਾਈਜ਼ਿੰਗ ਸਟਾਰ ਆਫ ਦੀ ਈਅਰ ਵਿਵੇਕ ਸਾਗਰ ਪ੍ਰਸ਼ਾਦ ਅਤੇ ਸ਼ਰਮੀਲਾ ਦੇਵੀ,
ਤੇ ਕੋਚ ਆਫ ਦੀ ਈਅਰ ਗ੍ਰਾ ਰੈਮ ਦੇ ਮੈਨ ਐਂਡ ਸੌਚ ਆਫ ਮੈਰੀਨੇ ਵੁਮੈਨ ਇਹ ਸਾਰੇ ਭਾਰਤ ਨਾਲ ਸੰਬੰਧਿਤ ਆ ਸ਼ਾਇਦ ਕੋਚਾਂ 'ਚੋਂ ਕੋਈ ਇੱਕ ਕੋਚ ਸ਼ਾਇਦ ਭਾਰਤ ਨਾਲ ਸੰਬੰਧਿਤ ਸ਼ਾਇਦ ਨਾ ਹੋਵੇ ਮੇਰੀ ਬਹੁਤੀ ਜਾਣਕਾਰੀ ਹੈ ਨਹੀਂ ਇਹਦੀ ਬਾਕੀ ਸਾਰੇ ਮੈਨ ਉਹ ਕੋਚ ਅਤੇ ਬਾਕੀ ਸਾਰੇ ਪਲੇਅਰ ਭਾਰਤ ਨਾਲ ਸੰਬੰਧਿਤ ਆ ਜਿਹੜੇ ਇੰਟਰਨੈਸ਼ਨਲ ਹਾਕੀ ਦੇ ਜਿਹੜੇ ਅਵਾਰਡ ਆ ਐੱਫ ਆਈ ਐੱਚ ਉਹਨਾਂ 'ਚ ਭਾਰਤੀਆਂ ਨੇ ਕਲੀਅਰ ਕੱਟ ਮੱਲਾਂ ਮਾਰੀਆਂ ਹੈ ਸੋ ਇਹ ਕਰੰਟ ਅਫੇਅਰ ਸੀ ਤਾਂ ਮੈਂ ਦੱਸਤਾ ਗੱਲ ਕਰਦੇ ਹਾਂ ਗੁੱਡ ਗਵਰਨੈਂਸ ਡੇ ਦੀ ਠੀਕ ਹੈ ਜੀ ਦੇਖੋ ਜੀ ਸੁਸ਼ਾਸਨ ਦਿਵਸ ਦੇ ਤੌਰ 'ਤੇ ਅਸੀਂ 25 ਦਸੰਬਰ ਮਨਾਉਂਦੇ ਹਾਂ ਇਸ ਦਿਨ ਸਾਡੇ ਪੁਰਾਣੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਦਿਨ ਵੀ ਹੁੰਦਾ ਹੈ ਅਟਲ ਬਿਹਾਰੀ ਵਾਜਪੇਈ ਦੇ ਜਨਮ ਦਿਨ ਨੂੰ ਉਹਨਾਂ ਦੀ ਡੈਥ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਨੇ ਗੁੱਡ ਗਵਰਨੈਂਸ ਡੇ ਯਾਨੀ ਕਿ ਸੁਸ਼ਾਸਨ ਦਿਵਸ ਦੇ ਤੌਰ 'ਤੇ ਡਿਕਲੇਅਰ ਕਰਤਾ ਸੀ ਅਤੇ ਉਸ ਦਿਨ ਦਿੱਤੇ ਜਾਣ ਵਾਲੇ ਅਵਾਰਡ ਹੁੰਦੇ ਆ ਗੁੱਡ ਗਵਰਨੈਂਸ ਅਵਾਰਡ ਇਹ ਅਵਾਰਡ ਦਿੰਦਾ ਕੌਣ ਆ ਭਾਰਤ ਸਰਕਾਰ ਦੇ ਵਿੱਚ ਇੱਕ ਮੰਤਰਾਲਾ ਹੈ ਇੱਕ ਮਿਨਿਸਟਰੀ ਆ ਮਿਨਿਸਟਰੀ ਆਫ ਪਰਸੋਨਲ ਪਬਲਿਕ ਗ੍ਰੀਵੈਂਸਿਸ ਐਂਡ ਪੈਨਸ਼ਨਸ ਜਿਹੜਾ ਕਿ ਸਿੱਧਾ ਪ੍ਰਧਾਨ ਮੰਤਰੀ ਦੇ ਅੰਡਰ ਆਉਂਦਾ ਹੈ ਇਹ ਕਿਸੇ ਮਿਨਿਸਟਰੀ ਦੇ ਅੰਡਰ ਨਹੀਂ ਉਹਦੇ ਅੰਡਰ ਕੰਮ ਕਰਨ ਵਾਲਾ ਇੱਕ ਡਿਪਾਰਟਮੈਂਟ ਆ ਡਿਪਾਰਟਮੈਂਟ ਆਫ ਐਡਮਿਨਿਸਟ੍ਰੇਟਿਵ ਰਿਫੋਰਮਸ ਐਂਡ ਪਬਲਿਕ ਗ੍ਰੀਵੈਂਸਿਸ ਉਹ ਡਿਪਾਰਟਮੈਂਟ ਇਹ ਅਵਾਰਡ ਦਿੰਦਾ ਹੈ ਪਹਿਲਾਂ ਪੇਪਰ 'ਚ ਆਉਣ ਵਾਲਾ ਸਵਾਲ ਕਲੀਅਰ ਹੋ ਗਿਆ ਹੁਣ ਗੱਲ ਕਰਦੇ ਹਾਂ ਅੱਗੇ ਮਕਸਦ ਇਹਦੇ 'ਚ ਜ਼ਿਲ੍ਹਿਆਂ ਅਤੇ ਸਟੇਟਾਂ ਨੂੰ ਇਸ ਪੱਧਰ 'ਤੇ ਚੈੱਕ ਕੀਤਾ ਜਾਂਦਾ ਕਿ ਉੱਥੇ ਸੁਸ਼ਾਸਨ ਕਿ ਉੱਥੇ ਸ਼ਾਸਨ ਕਿਵੇਂ ਦਾ ਹੈ ਉੱਥੇ ਉੱਥੋਂ ਦੀਆਂ ਸਰਕਾਰਾਂ ਲੋਕਲ ਬੋਡੀਜ਼ ਡੀ ਸੀ ਐੱਮ ਪੀ ਐੱਮ ਐੱਲ ਏ ਅਫਸਰ ਸਰਕਾਰ ਕਿਵੇਂ ਕੰਮ ਕਰ ਰਹੀ ਹੈ ਠੀਕ ਆ ਉਹਦੇ ਆਧਾਰ 'ਤੇ ਉਹਨਾਂ ਦੀ ਗ੍ਰੇਡਿੰਗ ਕੀਤੀ ਜਾਂਦੀ ਹੈ ਤਾਂ ਇਹਦੇ 'ਚ ਇਸ ਵਾਰੀ ਜਿਹੜੀ ਸੀਗੀ 20 ਸਟੇਟਾਂ ਜਿਹੜੀਆਂ ਸੀਗੀਆਂ ਉਹਨਾਂ ਨੇ ਆਪਣਾ ਸਕੋਰ ਪਿਛਲੀ ਵਾਰ ਨਾਲੋਂ ਇੰਪਰੂਵ ਕੀਤਾ ਸਾਡੀਆਂ ਓਵਰਆਲ ਸਟੇਟਸ ਅਤੇ ਯੂਨੀਅਨ ਟੈਰੀਟਰੀਜ਼ 'ਚੋਂ ਕਹਿੰਦਾ ਜੀ ਇਹ 2 ਸਾਲਾਂ ਬਾਅਦ ਹੁਣ ਸਾਲ 'ਚ 2 ਵਾਰ ਹੋਣ ਵਾਲੀ ਐਕਸਰਸਾਈਜ਼ 10 ਸੈਕਟਰ ਕਿ ਕਿਸੇ ਸਟੇਟ ਦੇ ਵਿੱਚ ਖੇਤੀਬਾੜੀ ਉੱਥੋਂ ਦਾ ਵਪਾਰ ਉੱਥੋਂ ਦੀ ਲੋਕਾਂ ਦੀ ਤਰੱਕੀ ਉੱਥੋਂ ਦੀ ਹੈਲਥ ਉੱਥੋਂ ਦਾ ਇਨਫਰਾਸਟ੍ਰਕਚਰ ਉੱਥੋਂ ਦੇ ਇਕਨੋਮਿਕ ਹਾਲਤ ਉੱਥੋਂ ਦੀ ਸਮਾਜਿਕ ਵੈਲਫੇਅਰ ਸਿਸਟਮ ਉੱਥੋਂ ਦੀ ਪਬਲਿਕ ਸਿਕਿਉਰਿਟੀ ਉੱਥੋਂ ਦਾ ਵਾਤਾਵਰਨ ਅਤੇ ਉੱਥੋਂ ਦੀਆਂ ਲੋਕ ਹਿੱਤ ਦੀਆਂ ਸਕੀਮਾਂ ਇਹ 10 ਚੀਜ਼ਾਂ ਨੂੰ ਨੋਟਿਸ ਕਰਕੇ ਫਿਰ ਇਹ ਰੈਂਕਿੰਗ ਜਿਹੜੀ ਹੈ ਜੀ ਉਹ ਕੱਢੀ ਜਾਂਦੀ ਆ ਇਹਦੇ 'ਚ 10 ਸੈਕਟਰ ਕਾਊਂਟ ਕੀਤੇ ਜਾਂਦੇ ਆ ਅਤੇ ਹਰ ਸੈਕਟਰ 'ਚ ਅੱਗੇ 6-6 ਸੂਚਕਾਂਕ ਬਣਾਏ ਆ ਕਿ ਬਈ ਪਬਲਿਕ ਹੈਲਥ 'ਚ ਇਹ ਵੀ ਦੇਖਾਂਗੇ ਕਿ ਔਰਤਾਂ ਦੀ ਕੀ ਸਥਿਤੀ ਆ ਬੱਚਿਆਂ ਦੀ ਕੀ ਸਥਿਤੀ ਆ ਫਲਾਂ 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 ਹਰ ਇੱਕ 'ਚ 5-5, 6-6 ਅੱਗੇ ਇੰਡੀਕੇਟਰ ਆ ਅਤੇ ਕੋਲੇ ਇੰਡੀਕੇਟਰ ਸੂਚਕਾਂਕ ਜਿਹੜੇ ਆ ਉਹਨਾਂ ਦੀ ਗਿਣਤੀ 48-58 ਹੋ ਜਾਂਦੀ ਆ ਉਹਨਾਂ ਦੇ ਆਧਾਰ 'ਤੇ ਫਿਰ ਸਟੇਟਾਂ ਨੂੰ 4 ਹਿੱਸਿਆਂ 'ਚ ਵੰਡਿਆ ਗਿਆ ਪਹਿਲੀਆਂ ਸਟੇਟਾਂ ਉਹ ਜਿਨ੍ਹਾਂ ਨੂੰ ਜਿਨ੍ਹਾਂ ਦੀ ਜਾਂ ਤਾਂ ਅੰਤਰਰਾਸ਼ਟਰੀ ਹੱਦ ਲੱਗਦੀ ਆ ਇੰਟਰਨੈਸ਼ਨਲ ਬਾਰਡਰ ਜਾਂ ਸਮੁੰਦਰ ਨਾਲ ਲੱਗਦੀ ਹੈ ਉਹਨਾਂ ਨੂੰ ਕਿਹਾ ਗਿਆ ਗਰੁੱਪ ਏ ਸਟੇਟ ਜਿਹੜੀਆਂ ਅੰਦਰ ਅੰਦਰ ਰਹਿ ਗਈਆਂ ਗਰੁੱਪ ਬੀ ਪਹਾੜੀ ਇਲਾਕੇ ਵਾਲੀਆਂ ਗਰੁੱਪ ਸੀ 11 ਸਟੇਟਾਂ ਉਹ ਅੱਡ ਹੋ ਗਈਆਂ ਅਤੇ ਯੂਨੀਅਨ ਟੈਰੀਟਰੀਜ਼ ਅੱਡ ਜੇ ਮੈਂ ਰੈਂਕਾਂ ਦੀ ਗੱਲ ਕਰਾਂ ਆ ਜਾਓ ਗਰੁੱਪ ਏ ਦੇ ਵਿੱਚ ਜਿਨ੍ਹਾਂ ਦੀ ਇੰਟਰਨੈਸ਼ਨਲ ਬਾਉਂਡਰੀ ਜਾਂ ਸਮੁੰਦਰੀ ਹੱਦ ਲੱਗਦੀ ਆ ਉਹਨਾਂ 'ਚ ਗੁਜਰਾਤ ਮੂਹਰਲੇ ਨੰਬਰ 'ਤੇ ਆ ਗਰੁੱਪ ਬੀ ਵਿੱਚ ਵਾਲੀਆਂ ਸਟੇਟਾਂ 'ਚ ਮੱਧ ਪ੍ਰਦੇਸ਼ ਪਹਿਲੇ ਨੰਬਰ 'ਤੇ ਆ ਅਤੇ ਨੌਰਥ ਈਸਟ ਵਾਲੀਆਂ 'ਚ ਹਿਮਾਚਲ ਪਹਿਲੇ ਨੰਬਰ 'ਤੇ ਆ ਨੌਰਥ ਈਸਟ ਅਤੇ ਪਹਾੜੀ ਸਟੇਟਾਂ 'ਚ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਦਿੱਲੀ ਪਹਿਲੇ ਨੰਬਰ 'ਤੇ ਆ ਠੀਕ ਆ ਸੋ ਇਹ ਕਰੰਟ ਅਫੇਅਰ ਸੀਗਾ ਇਹ ਮੈਂ ਤੁਹਾਡੇ ਨਾਲ ਡਿਸਕਸ ਕਰ ਲਿਆ ਠੀਕ ਆ ਨੈਕਸਟ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਹਾਂ ਪਬਲਿਕ ਅਫੇਅਰ ਇੰਡੈਕਸ ਦੀ ਬੇਸਿਕਲੀ ਪਬਲਿਕ ਅਫੇਅਰ ਇੰਡੈਕਸ ਦਾ ਮਤਲਬ ਆ ਕਿ ਸਰਕਾਰੀ ਕੰਮਕਾਰ 'ਚ ਠੀਕ ਆ ਸਰਕਾਰੀ ਵਿਵਸਥਾ 'ਚ ਕਿਸੇ ਦੇਸ਼ ਕਿਸੇ ਸਟੂਬੇ ਦਾ ਕੀ ਸਟੇਟਸ ਆ ਇਹ ਰਿਪੋਰਟ ਕੋਈ ਸਰਕਾਰੀ ਏਜੰਸੀ ਜਾਂ ਮਹਿਕਮਾ ਰਿਲੀਜ਼ ਨਹੀਂ ਕਰਦਾ ਇਹ ਇੱਕ ਨੋਨ ਪ੍ਰੋਫਿਟ ਔਰਗਨਾਈਜੇਸ਼ਨ ਆ ਬੰਗਲੌਰ ਦੀ ਪਬਲਿਕ ਅਫੇਅਰ ਸੈਂਟਰ ਉਹਨਾਂ ਦੁਆਰਾ ਰਿਲੀਜ਼ ਕੀਤੀ ਜਾਂਦੀ ਹੈ ਬੇਸਿਕਲੀ ਇਹਦੇ 'ਚ 3 ਚੀਜ਼ਾਂ 'ਤੇ ਕੰਮ ਕੀਤਾ ਜਾਂਦਾ ਹੈ ਕਿਹੜਾ ਕਿਹੜਾ ਕਹਿੰਦਾ ਜੀ ਇੱਕ ਤਾਂ ਉਸ ਦੇਸ਼ ਦੀ ਜਿਹੜੀ ਇਕਵਿਟੀ ਆ ਉਸ ਸਟੇਟ ਦੇ ਵਿੱਚ ਸਭ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਬਰਾਬਰਤਾ ਹੈਗੀ ਆ ਦੂਜੀ ਚੀਜ਼ ਦੇਖੀ ਜਾਂਦੀ ਉੱਥੋਂ ਦੀ ਗਰੋਥ ਤੀਜੀ ਉੱਥੋਂ ਦੀ ਸਸਟੇਨੇਬਿਲਟੀ ਸਸਟੇਨੇਬਿਲਟੀ ਦਾ ਮਤਲਬ ਆ ਸਥਿਰਤਾ ਕਿ ਭਵਿੱਖ ਦੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਲੈ ਕੇ ਇਸ ਸਟੇਟ 'ਚ ਕਿੰਨਾ ਕੰਮ ਹੋ ਰਿਹਾ ਆ 3 ਚੀਜ਼ਾਂ ਜਿਹੜੀਆਂ ਨੇ ਉਹਨਾਂ 'ਤੇ ਇਹ ਸਕੀਮ ਜਿਹੜੀ ਆ 3 ਪਿੱਲਰਸ 'ਤੇ ਕੰਮ ਕਰਦੀ ਆ ਜੇ ਮੈਂ ਗੱਲ ਕਰਾਂ ਇਕਵਿਟੀ ਵਾਲੇ ਪਿੱਲਰ 'ਤੇ ਤਾਂ ਪਹਿਲੇ ਨੰਬਰ 'ਤੇ ਆਈ ਆ ਆਂਧਰਾ ਪ੍ਰਦੇਸ਼ ਅਤੇ ਜੇ ਮੈਂ ਗੱਲ ਕਰਾਂ ਛੋਟੀਆਂ ਸਟੇਟਾਂ 'ਚ ਤਾਂ ਮੇਘਾਲਿਆ ਜੇ ਮੈਂ ਯੂਨੀਅਨ ਟੈਰੀਟਰੀਜ਼ 'ਚ ਗੱਲ ਕਰਾਂ ਤਾਂ ਚੰਡੀਗੜ੍ਹ ਜੇ ਮੈਂ ਦੂਜੇ 'ਤੇ ਇੰਡੀਆ ਉੱਤੇ ਗੱਲ ਕਰਾਂ ਦੂਜੇ ਪਿੱਲਰ 'ਤੇ ਜਿਹੜਾ ਕਿ ਤਰੱਕੀ ਆ ਗਰੋਥ ਆ ਵੱਡੀਆਂ ਸਟੇਟਾਂ 'ਚ ਕੇਰਲਾ ਛੋਟੀਆਂ ਸਟੇਟਾਂ 'ਚ ਗੋਆ ਅਤੇ ਯੂਨੀਅਨ ਟੈਰੀਟਰੀਜ਼ ਦੇ ਵਿੱਚ ਪੁਡੂਚੇਰੀ ਜੇ ਮੈਂ ਤੀਜੇ ਪਿੱਲਰ ਦੀ ਗੱਲ ਕਰਾਂ ਸਸਟੇਨੇਬਿਲਟੀ ਵਾਲਾ ਪਿੱਲਰ ਆ ਜਿਹੜਾ ਪਹਿਲੇ ਨੰਬਰ 'ਤੇ ਵੱਡੀਆਂ ਸਟੇਟਾਂ 'ਚ ਕੇਰਲਾ ਦੂਜੇ ਨੰਬਰ 'ਤੇ ਗੋਆ ਅਤੇ ਤੀਜੇ ਨੰਬਰ 'ਤੇ ਚੰਡੀਗੜ੍ਹ ਆਈ ਹੈ ਠੀਕ ਆ ਆਹ ਸਾਰੀ ਰੈਂਕਿੰਗ ਮੈਂ ਤੁਹਾਨੂੰ ਦੱਸਤੀ ਹਾਂ ਹੁਣ ਤੁਸੀਂ ਪੁੱਛੋਗੇ ਪੰਜਾਬ ਦਾ ਸਟੇਟਸ ਕੀ ਓਵਰਆਲ ਜੇ ਮੈਂ ਓਵਰਆਲ ਰੈਂਕਿੰਗ ਦੀ ਗੱਲ ਕਰਾਂ ਪਹਿਲੇ ਨੰਬਰ 'ਤੇ ਕੇਰਲਾ ਦੂਜੇ ਨੰਬਰ 'ਤੇ ਤਾਮਿਲਨਾਡੂ ਅਤੇ ਅਖੀਰ 'ਚ ਬਿਹਾਰ ਅਤੇ ਯੂਪੀ ਅਤੇ ਜੇ ਮੈਂ ਕਵੱਲ ਪੰਜਾਬ ਦੀ ਕਰਾਂ ਤਾਂ ਪੰਜਾਬ 6ਵੇਂ ਨੰਬਰ 'ਤੇ ਆ ਪਬਲਿਕ
हाँ जी, पब्लिक अफेयर इंडैक्स पंजाब 8वें नंबर पर आया है। केड़ी स्टेट किनवें नंबर पर आई है, सारे करंट अफेयरस मैं तुहाडे नाल प्रॉपरली डिस्कस कर ले है। ठीक है जी, हुण गल करदे हां अगे आपां एक पेस्ट की। ठीक है, एक कीड़े की जिन्हों पिंक बॉलवॉम कहा जाता है। ठीक है, पिंक बॉलवॉम एक अजिहा कीड़ा है जिन्हें इस साल कपाह की खेती का बठिंडे ते मानसा च इन्ना कु नुकसान करता कि लोगों को अपनी कपाह वाहनी पै गई। जदों एक जट जिमीदार नूं अपनी जमीन किसी अपनी फसल जिहड़ी है किसी कारण करके वाहनी पै जाए बिना वड्डे तो की बीतती है, तो किसान ही जान सकता है। पर वाकई इस देश के कपाह दे नाल ये समस्या रही रही है। 2015 जो बादल साहब की सरकार सी उदों एक वाइट कीड़ा सीगा। ठीक है, उन्हें पूरा का पूरा पूरी की पूरी बैल्ट जिहड़ी सीगी उन्हूं तबाह करके रखता सीगा। भारत दे विच जिहड़ी कॉटन लगती है ना उहदे नाल इक विवाद भी जुड़िया होया है, क्योंकि भारत दे विच जिहड़ी कॉटन है ना कपाह है जिहड़ी उह ना आम कपाह नहीं गी, ट्रेडिशनल कपाह नहीं गी। बहुती खेती भारत च जिहड़ी है ना उह बीटी कॉटन की होण लग पई है। ये बीटी की है? बीटी शब्द का मतलब होंदा बैसीलस थ्रेंजिस। ये बैसीलस थ्रेंजिस एक बैक्टीरिए का नाम आ, एक जीवाणु आ। ये कपाह दे विच पाया जाता है। किवें पाया जाता है? हुण तुसीं एक गल देखो, जदों कपाह दा बीज बिल्कुल छोटी स्टेज ते हुंदा है तो तुहानूं पता है कि एक कपाह दा बीज अपने आप च एक सैल होवे, छोटा जिहा सैल होवे, उस सैल दे अंदर एक न्यूक्लीअस एक धुरा हुंदा है। उस न्यूक्लीअस दे अंदर एक कीड़ा छड दित्ता जांदा है ते जिवें उह सैल जिहड़ा सीगा कपाह दे बीज दा उह वड्डा हुंदा है, उहदे नाल उहदे न्यूक्लीअस अंदरों टुटदे आ। सैल टुटदा टुटदा खिंडदा है ते ज़्यादा सैल दे विच बणदा है ते उह कीड़ा भी पूरे दा पूरा वक् वक् जगह पर फैलता जाता है। इस तरीके जिहड़ी वह कपाह का बीज बनता है हुण वह बैसीलस थ्रेंजस नाम के बैक्टीरिए दे नाल बनता है। तो बैसीलस थ्रेंजस एक अजिहा बैक्टीरिया है जिहड़ा किसी भी प्रकार के घा वगैरह नूं नेड़े पनपण नहीं दिंदा। इहदे नाल की होया कि एक कपाह का जिहड़ा पौधा सीगा जिन्हों असी बाहरों हरबीसाइड्स जां होर दवाइयां पा के बाहरले घा कीड़े मकौड़े तो बचाउणा सीगा, उहनूं उह शक्ति उहदे अंदर ही उस बैक्टीरिया तो मिल गई। इत्थों तक तां गल समझ आउंदी आ। ते असी कहता कि हुण इहदे ते कोई दवाई पाउण दी लोड़ नहीं क्योंकि इहनूं कीड़ा लगना ही नहीं, इहदे आले दुआले घा का हमला होना ही नहीं। पर फिर भी उस तों बाद भी हुण जदों पिंक बॉलवॉम का अटैक होया जिहदा कि साइंटिफिक नाम पेस्टिन फोरा गोसीपेला नाम आ, बड़ा साइंटिफिक जिहा नाम आ, असीं कहिड़ा बायो पढ़ी हुई है, बट फिर भी तुहानूं मैं दसदा कम्म की गल सीगी। असल दे विच ना ये जिहड़ी ये कीड़ा जिहड़ा सीगा ये बेसिकली फैलिया है जदों आपां कपाह वड्डण तों बाद उहदियां समिटियां सुकणे पा दिंदे आ ना ते आपां उहनां नूं वेस्ट नूं घरे रख लैंदे आ, उहदे च इस कीड़े ने अपने अंडे दित्ते ते उत्थों इह कीड़ा फैल के उत्थों तक ये आप खेतों के रख लें इन्हों। उतों ये कीड़ा जिहड़ा सीगा वह फैल के जमीन तक गया जां खेती तक गया तो उत्थे जाके फिर इन्हें अटैक किया। सो ये बड़ी चिंता की विषय है। सारी स्टोरी मैं लिखी है कि कीड़ा किवें फैलता है, कितों निकलता है। ठीक है, पंजाब सरकार लगातार गरदौरियां करवा रही है पटवारियों तो फिर कानूगो तो जो लोगों बनता मुआवजा दिता जा सके। ठीक है, सो ये अटैक अपने आप एक बड़ा बड़ा हैरानी करने वाला अटैक आ। बठिंडा तो मानसा इन्हूं सब तो वध प्रभावित किया है तो तुहानूं पता ही है कि कॉटन एक फाइबर क्रॉप आ, जिस तों सानूं फाइबर मिलता है फिर उस तों बाद असीं उहदा मतलब कि कपड़ा बनाउने आ। ठीक आ, भारत इहदा सब तो तगड़ा प्रोड्यूसर भी है तो थर्ड लार्जेस्ट एक्सपोर्टर भी है, निर्यातक भी है जिहड़ा बाहर समान वेचदा है। पर एक गल आ, भारत च खुद कपास सब तो वध दुनिया च कंज्यूम यानी कि खपत की जाती है। जो नेड़े तेड़े दे इफेक्ट सीगे उह तुहाडे नाल मैं प्रोपर डिस्कस कर ले तां कि तुहानूं कोई इह ना लगे कि मैं कोई करंट अफेयर जिहड़ा जी उहनूं खारज करता जां इंपोर्टेंट समझ के छड़ता। जहाज हवेली टोडर मल का इतिहास सारे जानते हैं कि जदों सरहंद निक्के छोटे साहबजादियां दी शहीदी हुई सी तो उस तो बाद मोहरा रख के वो बराबर की जमीन लैके संस्कार करने वाला शख्स जिहड़ा सीगा वह टोडर मल सीगा। तो टोडर मल खुद भी सरहंद दा सीगा ते उहदी हवेली नूं अज भी बचाया जा रहा है, बट किते ना किते फिर उहनूं SGPC ने उत्थे गुरद्वारा साहब की स्थापना करती। इहनूं लैके SGPC ते आर्कोलॉजिकल डिपार्टमेंट जिहड़ा भारत का अदारा है इन्हां च एक
ਬਹਿਸਬਾਜ਼ੀ ਵੀ ਹੋਈ ਕਿ ਤੁਹਾਨੂੰ ਉਹ ਬਿਲਡਿੰਗ ਐਜ਼ ਇਟ ਇਜ਼ ਉਵੇਂ ਛੱਪ ਸਾਂਭਣੀ ਚਾਹੀਦੀ ਸੀਗੀ, ਬਟ ਹੁਣ ਜਿੰਨੀ ਕੁ ਬਿਲਡਿੰਗ ਬਚੀ ਹੋਈ ਆ ਉਹਨੂੰ ਲੈ ਕੇ ਵੀ ਕੋਸ਼ਿਸ਼ ਕੀਤੀ ਜਾ ਰਹੀ ਆ, ਅਤੇ ਟੋਡਰਮੱਲ ਦੇ ਨਾਮ 'ਤੇ ਜਿਹੜਾ ਚੰਡੀਗੜ੍ਹ ਰੋਡ ਤੋਂ ਲੈ ਕੇ ਜਿਹੜਾ ਗੁਰਦੁਆਰਾ ਸਾਹਿਬ ਤੱਕ ਰੋਡ ਜਾਂਦਾ ਹੈ ਉਹਦਾ ਨਾਮ ਵੀ ਟੋਡਰਮੱਲ ਦੇ ਨਾਮ 'ਤੇ ਰੱਖਿਆ ਹੈ। ਕਰੰਟ ਅਫੇਅਰ ਤਾਂ ਬਸ ਇਹ ਸੀ, ਅਤੇ ਉਸ ਤੋਂ ਬਾਅਦ ਹੁਣ ਅੱਗੇ ਆ ਜਾਓ ਕਿ ਇਹ ਟੋਡਰਮੱਲ ਇੱਕ ਔਸਵਾਲ ਜੈਨ ਪਰਿਵਾਰ ਨਾਲ ਸੰਬੰਧਿਤ ਸੀ, ਠੀਕ ਆ, ਅਤੇ ਕਾਕੜੇ ਪਿੰਡ ਦਾ ਰਹਿਣ ਵਾਲਾ ਸੀ, ਅਤੇ ਸਿੱਖ ਇਤਿਹਾਸ 'ਚ ਛੋਟੇ ਸਾਹਿਬਜ਼ਾਦੇ ਜਿਹੜੇ ਸੀਗੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ, ਉਹਨਾਂ ਦਾ ਸੰਸਕਾਰ ਕਰਨ ਵਾਸਤੇ ਮੋਹਰਾਂ ਰੱਖ ਕੇ, ਸਿੱਧੀਆਂ ਮੋਹਰਾਂ ਰੱਖ ਕੇ ਇਹ ਜ਼ਮੀਨ ਜਿਹੜੀ ਸੀਗੀ ਉਹ ਸਰਹੰਦ ਦੇ ਨਵਾਬ ਤੋਂ ਲੈਂਦਾ, ਜਿਹਨੂੰ ਅਸ਼ਰਫੀਆਂ ਕਿਹਾ ਗਿਆ ਸੀਗਾ। ਸੋ ਇਸ ਤੋਂ ਵੱਧ ਕਿ ਹੁਣ ਮੈਂ ਕੀ ਕਹਾਣੀ ਸੁਣਾਵਾਂ, ਆ ਸਾਰਾ ਕੁਛ ਤੁਸੀਂ ਆਲਰੇਡੀ ਪੜ੍ਹਿਆ ਹੋਇਆ, ਇਹ 'ਚ ਕੋਈ ਬਹੁਤਾ ਕੁਛ ਮੇਰੇ ਨਾਲ ਦੇ ਦੱਸਣ ਦੀ ਲੋੜ ਨਹੀਂ। ਇੱਕ ਬਹੁਤ ਕੰਟਰੋਵਰਸ਼ੀਅਲ ਪੇਂਟਰ ਆ ਅੰਮ੍ਰਿਤਾ ਸ਼ੇਰਗਿੱਲ, ਬੇਸ਼ੱਕ ਪੰਜਾਬੀ ਨਹੀਂ ਗੇ, ਸਿਰਫ ਨਾਮ ਪੰਜਾਬੀ ਇਹਨਾਂ ਦਾ। ਬੇਸਿਕਲੀ ਇਹ ਅੰਮ੍ਰਿਤਾ ਸ਼ੇਰਗਿੱਲ ਜਿਹੜੇ ਸੀਗੇ ਹੰਗਰੀ ਦੇ ਸੀਗੇ, ਇਹਨਾਂ ਦੀ ਇੱਕ ਮੈਗਜ਼ੀਨ, ਇਹਨਾਂ ਦੀ ਇੱਕ ਪੇਂਟਿੰਗ ਸੀਗੀ ਇਨ ਦੀ ਲੇਡੀਜ਼ ਇਨਕਲੋਜ਼ਰ, ਉਹ ਭਾਰਤ ਦੇ ਬੰਬੇ ਦੇ ਵਿੱਚ ਜਿਹੜਾ ਇੱਕ ਉਹ ਆ ਇੱਕ ਕਹਿ ਲਓ ਕਿ ਇੱਕ ਬਿਲਡਿੰਗ ਆ ਸੈਫਰਨ ਆਰਟ, ਇਹ ਇੱਕ ਬਹੁਤ ਤਕੜੀ ਪ੍ਰਦਰਸ਼ਨੀ ਲੱਗਦੀ ਆ, ਬਿਲਡਿੰਗ ਵੀ ਨਹੀਂ ਕਹਿ ਸਕਦੇ ਪ੍ਰਦਰਸ਼ਨੀ ਹੈ ਇੱਕ। ਉੱਥੇ ਇਹਨਾਂ ਦੀ ਪੇਂਟਿੰਗ ਬਹੁਤ ਮਹਿੰਗੀ, 37 ਕਰੋੜ ਦੀ ਇਹਨਾਂ ਦੀ ਪੇਂਟਿੰਗ ਵਿਕੀ ਆ, ਉਹਨਾਂ ਨੇ ਇੱਕ 1938 'ਚ ਬਣਾਈ ਸੀਗੀ। ਬੇਸਿਕਲੀ ਇਹ ਆਪਣੇ ਆਪ 'ਚ ਭਾਰਤ ਦੇ ਵਿੱਚ ਕਿਸੇ ਪ੍ਰਦਰਸ਼ਨੀ 'ਚ ਵਿਕਣ ਵਾਲੀ ਆਪਣੇ ਆਪ 'ਚ ਸਭ ਤੋਂ ਵੱਡੀ ਪੇਂਟਿੰਗ ਆ, ਠੀਕ ਆ। ਅੰਮ੍ਰਿਤਾ ਸ਼ੇਰਗਿੱਲ ਇੱਕ ਹੰਗਰੀਅਨ ਇੰਡੀਅਨ ਪੇਂਟਰ ਸੀ, ਬੇਸ਼ੱਕ ਜਨਮ ਹੰਗਰੀ ਦਾ ਸੀ, ਫਾਦਰ ਇੰਡੀਅਨ ਸੀਗੇ, ਮਦਰ ਬਾਹਰ ਦੇ ਸੀਗੇ, ਉਸ ਤੋਂ ਬਾਅਦ ਇੰਡੀਆ ਆਈ ਅਤੇ ਮੁਗਲ ਅਤੇ ਪਹਾੜੀ ਪੇਂਟਿੰਗ 'ਚ ਇਹਨਾਂ ਦਾ ਇੰਟਰਸਟ ਬਹੁਤ ਜ਼ਿਆਦਾ ਸੀਗਾ। ਸੋ ਇਹ ਉੱਥੋਂ ਬਹੁਤ ਪ੍ਰਭਾਵਿਤ ਸੀਗੇ, ਅਜੰਤਾ ਅਲੋਰਾ ਦੀਆਂ ਗੁਫਾ, ਅਜੰਤਾ ਦੀਆਂ ਗੁਫਾਵਾਂ ਦੀਆਂ ਪੇਂਟਿੰਗਸ ਤੋਂ ਵੀ ਕਾਫੀ ਪ੍ਰਭਾਵਿਤ ਰਹੇ ਆ, ਠੀਕ ਆ। ਅਤੇ ਭਾਰਤ ਸਰਕਾਰ ਨੇ ਇਹਨਾਂ ਦੇ ਨਾਮ 'ਤੇ ਇੱਕ ਸਟੈਂਪ 1978 'ਚ ਰਿਲੀਜ਼ ਵੀ ਕੀਤੀ ਸੀ, ਅਤੇ ਦਿੱਲੀ ਜਿਹੜੀ ਨਵੀਂ ਦਿੱਲੀ ਆ ਜਿਹਨੂੰ ਆਪਾਂ ਲਿਊਟੀਅਨ ਦਿੱਲੀ ਵੀ ਕਹਿੰਦੇ ਹਾਂ, ਉੱਥੇ ਇੱਕ ਅੰਮ੍ਰਿਤਾ ਸ਼ੇਰਗਿੱਲ ਮਾਰਗ ਵੀ ਆ। ਪੇਪਰ 'ਚ ਇਹ ਸਕਦਾ ਕਿ ਰੀਸੈਂਟਲੀ ਅੰਮ੍ਰਿਤਾ ਸ਼ੇਰਗਿੱਲ ਜੀ ਖਬਰਾਂ 'ਚ ਨਹੀਂ, ਦੱਸੋ ਉਹ ਕੌਣ ਨੇ, ਉਹ ਕੋਈ ਪੇਂਟਰ ਨੇ, ਰਾਈਟਰ ਨੇ, ਫਲਾਂ ਫਲਾਂ ਫਲਾਂ, ਜੋ ਮਰਜ਼ੀ ਪੁੱਛਿਆ ਜਾ ਸਕਦਾ ਹੈ, ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਹਾਣੀ ਕੀ ਆ। ਹੁਣ ਆ ਸਕਦੇ ਹਾਂ, ਆਉਂਦੇ ਹਾਂ ਇੱਕ ਬਹੁਤ ਕੰਟਰੋਵਰਸੀਅਲ ਕਿਤਾਬ ਵੱਲ, ਕੰਟਰੋਵਰਸ਼ੀਅਲ ਇਸ ਕਰਕੇ ਕਿਉਂਕਿ ਇਸ ਨਾਮ 'ਚ ਹੀ ਕੰਟਰੋਵਰਸੀ ਆ, ਠੀਕ ਆ। ਰਮਾਇਣ ਆਫ ਗੁਰੂ ਗੋਬਿੰਦ ਸਿੰਘ ਜੀ, ਤਾਂ ਗੁਰੂ ਗੋਬਿੰਦ ਸਿੰਘ ਦੀ ਤਾਂ ਕਿਤਾਬ ਲਿਖੀ ਆ ਅਤੇ ਉਹਦਾ ਨਾਮ ਰਮਾਇਣ ਆ, ਤਾਂ ਸਿੱਖ ਧਰਮ ਦੇ ਫੋਲੋਅਰਸ ਨੇ ਜਿਹੜੇ ਉਹਨਾਂ ਲਈ ਵਾਕਈ ਇੱਕ ਬੜੀ ਤਗੜੀ ਕੰਟਰੋਵਰਸੀ ਦੀ ਗੱਲ ਆ। ਲਿਖਣ ਵਾਲੇ ਨੇ ਬਲਜੀਤ ਕੌਰ ਤੁਲਸੀ, ਜਿਹੜੇ ਕਿ KTS ਤੁਲਸੀ, ਜਿਹੜੇ ਕਿ ਇੱਕ ਕਾਂਗਰਸ ਦੇ MP ਨੇ, ਉਹਨਾਂ ਦੇ ਮਦਰ ਨੇ, ਉਹਨਾਂ ਦੀ ਡੈਥ ਹੋ ਚੁੱਕੀ ਹੈ ਬਲਜੀਤ ਕੌਰ ਤੁਲਸੀ ਦੀ, ਬਟ ਉਹਨਾਂ ਨੇ ਇੱਕ ਕਿਤਾਬ ਲਿਖੀ ਸੀਗੀ, ਠੀਕ ਆ, ਜਿਹਦੀ ਕਿ ਉਹਨਾਂ ਨੇ ਫਸਟ ਕਾਪੀ ਨਰਿੰਦਰ ਮੋਦੀ ਨੂੰ ਦਿੱਤੀ ਆ। ਬੜੀ ਵਿਵਾਦਿਤ ਕਿਤਾਬ ਆ, ਇਸ ਕਿਤਾਬ ਨੂੰ ਪਬਲਿਸ਼ ਕੀਤਾ ਹੈ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫੋਰ ਆਰਟਸ ਨੇ। ਵਿਵਾਦਿਤ ਕਿਉਂ ਆ ਦੱਸਣ ਦੀ ਲੋੜ ਹੀ ਨਹੀਂ, ਗੁਰੂ ਗੋਬਿੰਦ ਸਿੰਘ ਦੀ ਰਮਾਇਣ, ਤਾਂ ਆਪਣੇ ਆਪ 'ਚ ਇਹ ਸ਼ਬਦ ਜਿਹੜੇ ਆ ਉਹ ਕਿਤੇ ਨਾ ਕਿਤੇ ਕੰਟਰੋਵਰਸੀ ਖੜੀ ਕਰਦੀ ਆ, ਠੀਕ ਆ। ਸੋ ਆਹ ਕਹਾਣੀ ਮੈਂ ਤੁਹਾਨੂੰ ਕਲੀਅਰ ਦੱਸਤੀ। ਅਗਲਾ ਕਰੰਟ ਅਫੇਅਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ, ਠੀਕ ਹੈ ਜੀ। ਮਾਸਟਰ ਕਲਾਸਿਸ ਪਟਿਆਲਾ, ਜਿਹਦੀ ਕਿ ਤੁਸੀਂ ਹੁਣ ਜੇ ਤੁਹਾਨੂੰ ਲੱਗ ਰਿਹਾ ਕਿ ਅਸੀਂ ਆਪ ਤੁਹਾਡੇ ਵਾਸਤੇ ਕਰੰਟ ਅਫੇਅਰਸ ਅਤੇ ਹੋਰ ਕੁਛ ਚੀਜ਼ਾਂ ਜਿਹੜੀਆਂ ਕਿ YouTube 'ਤੇ ਸਾਡੀਆਂ ਆਲਰੇਡੀ ਚੱਲ ਰਹੀਆਂ ਹੈ, ਇਹ ਤੁਹਾਨੂੰ ਅਸੀਂ ਹੋਰ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰ ਸਕੀਏ, ਤਾਂ ਤੁਸੀਂ ਵੀ ਸਾਡੇ ਵਾਸਤੇ ਐਫਰਟਸ ਕਰ ਸਕਦੇ ਹੋ। ਦੇਖੋ ਹੈ ਕੀ ਹੈ ਸਾਡੇ ਕੋਲ, ਸਾਡਾ ਕੋਰਸ ਕਿਹੜੀ ਚੀਜ਼ ਨਾਲ ਸੰਬੰਧਿਤ ਆ, ਮਾਸਟਰ ਕਲਾਸਿਸ ਪਟਿਆਲਾ ਦੀ ਇੱਕ ਐਪ ਆ ਐਂਡਰਾਇਡ 'ਤੇ, ਜਿਹਨੂੰ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਲਿਖ ਕੇ ਸਰਚ ਕਰ ਸਕਦੇ ਹੋ। ਆਈਫੋਨ ਆ ਅਤੇ ਮਾਈ ਇੰਸਟੀਟਿਊਟ ਸਰਚ ਕਰੋ ਅਤੇ ਉਹ ਇੱਕ ORG ਕੋਡ ਮੰਗਣਗੇ, MVWOG ਭਰੋ, ਠੀਕ ਹੈ ਜੀ। ਤੁਹਾਡੇ ਵਾਸਤੇ ਨਹੀਂ, ਤੁਸੀਂ ਇਹ ਕਿਸੇ ਨੂੰ ਵੀ ਸਲਾਹ ਦੇ ਸਕਦੇ ਹੋ, ਜ਼ਰੂਰੀ ਨਹੀਂ ਕਿ ਤੁਹਾਡਾ ਕੋਰਸ ਕੰਪਲੀਟ ਹੋਵੇ ਤਾਂ ਤੁਸੀਂ ਆਪ ਹੀ ਕੋਰਸ ਬਾਏ ਕਰਨੇ ਆ। ਤੁਸੀਂ ਕਿਹੜੇ ਪੇਪਰ ਦੀ ਤਿਆਰੀ ਕਰ ਰਹੇ ਹੋ, PPSC ਦੇ ਕਿਸੇ ਪੇਪਰ ਦੀ ਵੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ ਆਹ ਕੋਰਸ ਬਾਏ ਕਰ ਸਕਦੇ ਹੋ। ਇਹ ਕੋਰਸ ਲਗਾਤਾਰ ਚੱਲ ਰਿਹਾ ਹੈ, ਰੋਜ਼ ਇਹਦੇ 'ਚ ਦੋ ਤਿੰਨ ਤਿੰਨ ਵੀਡੀਓਜ਼ ਅਪਲੋਡ ਹੁੰਦੀਆਂ ਹੈ। ਮੈਥ, ਇਕਨੋਮਿਕਸ ਅਤੇ ਪੋਲੀਟੀ, 3 ਸਬਜੈਕਟ ਪੈਰਲਲ ਚੱਲ ਰਹੇ ਆ, ਅਤੇ ਸਾਇੰਸ, 4 ਸਬਜੈਕਟ ਚੱਲ ਰਹੇ ਆ। ਅਤੇ ਹੈਰਾਨੀ ਦੀ ਗੱਲ ਇਹ ਆ ਕਿ ਚਾਰੇ ਬਾਇਲੈਂਗੁਅਲ ਨੇ, ਮਤਲਬ ਕਿ ਇੰਗਲਿਸ਼ ਦੇ ਨਾਲ ਪੰਜਾਬੀ 'ਚ ਨੇ, ਠੀਕ ਆ। ਸਾਡਾ ਇੰਸਟੀਟਿਊਟ ਦਾ ਹਿਸਾਬ ਉਹ ਨਹੀਂ ਗਾ ਕਿ ਕੋਈ ਇੱਕ ਅੱਧੀ ਵੀਡੀਓ ਪੰਜਾਬੀ 'ਚ ਪਾਤੀ ਤਾਂ ਕਿ ਭੁਲੇਖਾ ਜਿਹਾ ਪਾਉਣ ਵਾਸਤੇ ਕਿ ਅਸੀਂ ਪੰਜਾਬੀ 'ਚ ਪੜ੍ਹਾ ਰਹੇ ਹਾਂ। ਇਹਦਾ ਯਕੀਨ ਕਿਵੇਂ ਦਵਾਈਏ, ਬਸ ਇੱਕ ਤਰੀਕੇ ਨਾਲ ਦਵਾ ਸਕਦੇ ਹਾਂ ਭਾਈ ਇਹਦਾ ਯਕੀਨ। ਸਾਡੀ ਐਪ 'ਤੇ ਵੀਡੀਓ ਕੋਰਸ ਖਰੀਦਣ ਤੋਂ ਪਹਿਲਾਂ ਹਰ ਇੱਕ ਵੀਡੀਓ 2-2 ਮਿੰਟ ਚੱਲਦੀ ਹੈ, ਉਹ 2-2 ਮਿੰਟ ਇਸ ਕਰਕੇ ਕਿ ਤਾਂ ਕਿ ਤੁਹਾਨੂੰ ਹਰ ਵੀਡੀਓ ਦੀ ਕੁਆਲਿਟੀ ਤੋਂ ਪਤਾ ਲੱਗ ਸਕੇ ਕਿ ਅੰਦਰ ਪੜ੍ਹਾਉਣ ਵਾਲਾ ਕੀ ਪੜ੍ਹਾ ਰਿਹਾ ਹੈ, ਕਿ ਕੀ ਵਾਕਈ ਕੋਈ ਇਹੋ ਜਿਹੀ ਚੀਜ਼ ਤਾਂ ਨਹੀਂ ਕੋਈ ਰਿਕਾਰਡਡ ਹੀ ਪਾਤੀ ਹੋਵੇ। ਬਿਕੋਜ਼ ਸਾਡੇ 2 ਰਿਕਾਰਡਡ ਕੋਰਸ ਨੇ ਜਿਹੜੇ ਪਿਛਲੇ ਸਾਲ ਦੇ ਰਿਕਾਰਡ ਕੀਤੇ ਹੋਏ ਆ, ਬਟ ਬਹੁਤ ਵਧੀਆ ਤਰੀਕੇ ਨਾਲ ਬੱਚੇ ਇਹਨਾਂ ਨੂੰ ਪਿਆਰ ਦੇ ਰਹੇ ਆ। 6 ਮਹੀਨੇ ਵਾਲਾ 999 ਰੁਪਏ ਦਾ, 1 ਸਾਲ ਵਾਲਾ 1499 ਦਾ। ਜਿਹੜੇ ਬੱਚੇ ਐਕਸਾਈਜ਼ ਇੰਸਪੈਕਟਰ ਦੀ ਤਿਆਰੀ ਕਰਨਾ ਚਾਹੁੰਦੇ ਆ, ਤਾਂ ਐਕਸਕਲੂਸਿਵ ਉਹਨਾਂ ਵਾਸਤੇ ਐਕਸਾਈਜ਼ ਇੰਸਪੈਕਟਰ ਦਾ ਕੋਰਸ ਹੀ ਲਾਂਚ ਕਰਾਂਗੇ। ਫੁੱਲ ਬੈਚ PSSB ਅਤੇ ਸਬ ਇੰਸਪੈਕਟਰ ਨੂੰ ਕਵਰ ਕਰਦਾ ਹੋਵੇ ਤਾਂ ਤੁਸੀਂ ਆਹ ਬੈਚ ਲੈ ਸਕਦੇ ਹੋ।
ਪੀ ਟ੍ਰਿਪਲ ਐਸ ਬੀ ਛੋਟੇ ਪੇਪਰ ਵਾਲੀ ਕਲਰਕ ਫੋਰੈਸਟਰ ਫੋਰੈਸਟ ਆਫਿਸ ਗ੍ਰਾਮ ਸੇਵਕ ਕੋਆਪਰੇਟਿਵ ਬੈਂਕ ਦਾ ਕਲਰਕ ਡਿਪਟੀ ਰੇਂਜਰ ਆ ਬੈਚ ਪੰਜਾਬ ਪੁਲਿਸ ਦਾ ਜਿਹੜਾ ਕਾਂਸਟੇਬਲ ਵਾਲੇ ਉਹ ਆ ਬੈਚ ਲੈਣਗੇ ਪ੍ਰਿੰਸੀਪਲ ਦੀ ਤਿਆਰੀ ਕਰਨ ਵਾਲੇ ਪੀ ਪੀ ਐਸ ਸੀ ਪ੍ਰਿੰਸੀਪਲ ਬੈਚ ਲੈਣਗੇ ਜਿਹੜੇ ਪੀ ਪੀ ਐਸ ਸੀ ਪੀ ਟ੍ਰਿਪਲ ਐਸ ਬੀ ਦੀ ਤਿਆਰੀ ਕਰਨਾ ਚਾਹੁੰਦੇ ਆ ਉਹ ਸਾਡੇ ਨਾਲ ਇੱਕ ਵਾਰੀ ਫੋਨ 'ਤੇ ਗੱਲ ਕਰਨ ਕਿਹੜੇ ਬੈਚਾਂ ਦਾ ਕੋਂਬੀਨੇਸ਼ਨ ਕਿਵੇਂ ਦੇਵਾਂਗੇ ਅਸੀਂ ਉਹ ਉੱਥੇ ਸਮਝਾ ਦਾਂਗੇ ਤੁਹਾਨੂੰ ਠੀਕ ਆ ਸੋ ਇਹ ਸਾਡੇ ਔਨਲਾਈਨ ਬੈਚਿਸ ਨੇ ਇਸ ਤੋਂ ਬਿਨਾਂ ਸਾਡੀਆਂ ਕਿਤਾਬਾਂ ਸਾਰੀਆਂ ਬਾਇਲੈਂਗੁਅਲ ਇੰਗਲਿਸ਼ ਪੰਜਾਬੀ ਦੇ ਵਿੱਚ ਕਿਤਾਬਾਂ ਹੌਲੀ ਹੌਲੀ ਅਸੀਂ ਰਿਲੀਜ਼ ਕਰ ਰਹੇ ਹਾਂ ਜਿਹੜੇ ਬੱਚੇ ਸਾਡੇ ਕੋਰਸਿਸ ਦੇ ਵਿੱਚ ਇਨਰੋਲਡ ਨੇ ਉਹਨਾਂ ਨੂੰ ਅਸੀਂ ਇਹ ਕਿਤਾਬਾਂ ਜਲਦੀ ਤੋਂ ਜਲਦੀ ਪਹੁੰਚਾ ਰਹੇ ਹਾਂ ਆ ਸਾਡੇ ਤੁਸੀਂ ਇਹਨਾਂ 'ਚੋਂ ਜੇ ਤੁਹਾਡੇ 'ਚੋਂ ਕੋਈ ਕਿਸੇ ਨੂੰ ਜਾਣਦਾ ਹੈ ਤਾਂ ਤੁਸੀਂ ਇਹਨਾਂ ਤੋਂ ਇਹ 2018 ਤੋਂ ਬਾਅਦ 19 ਤੋਂ ਬਾਅਦ ਦੇ ਸਾਡੇ ਰਿਜ਼ਲਟ ਆ ਤੁਸੀਂ ਇਹਨਾਂ 'ਚੋਂ ਪਲੀਜ਼ ਕਿਸੇ ਨੂੰ ਜਾਣਦੇ ਹੋਵੇ ਤਾਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਗੱਲ ਕਰਦੇ ਹਾਂ ਆਫਲਾਈਨ ਬੈਚ ਦੀ ਮਾਸਟਰ ਕਲਾਸਿਸ ਪਟਿਆਲਾ ਦਾ ਜਿਹੜਾ ਆਫਲਾਈਨ ਬੈਚ ਆ ਜਿਹੜਾ ਕਿ 16 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਉਹ ਪੰਜਾਬ ਪੁਲਿਸ ਦੀ ਤਿਆਰੀ ਐਕਸਾਈਜ਼ ਦੀ ਤਿਆਰੀ ਕਲਰਕ ਗ੍ਰਾਮ ਸੇਵਕ ਫੋਰੈਸਟਰ ਅਤੇ ਆਹ ਤਿਆਰੀਆਂ ਵਾਸਤੇ ਆਹ ਨੰਬਰ ਦਿੱਤੇ ਆ 16 ਮਈ ਤੋਂ ਤੁਸੀਂ ਪਟਿਆਲੇ ਪਹੁੰਚੋ ਅਤੇ ਤਿਆਰੀ ਕਰ ਸਕਦੇ ਹੋ ਪਰ ਤੁਹਾਡੇ 'ਚੋਂ ਕਈ ਇਹ ਕਹਿਣਗੇ ਕਿ ਇਹਨਾਂ ਦੀ ਨਹੀਂ ਸਾਨੂੰ ਇਸ ਤੋਂ ਵਧੀਆ ਲੈਵਲ ਦੀ ਤਿਆਰੀ ਪੀ ਪੀ ਐੱਸ ਸੀ ਲੈਵਲ ਦੀ ਤਿਆਰੀ ਕਰਨੀ ਆ ਜੇ ਤੁਸੀਂ ਆਈ ਐੱਸ ਪ੍ਰੀ ਪੀ ਸੀ ਐੱਸ ਪ੍ਰੀ ਅਤੇ ਫਿਲਹਾਲ ਦੀ ਘੜੀ ਮੇਨਜ਼ ਅਸੀਂ ਥੋੜ੍ਹੇ ਚਿਰ ਬਾਅਦ ਸ਼ਿਫਟ ਚੇਂਜ ਕਰ ਰਹੇ ਹਾਂ ਮੇਨਜ਼ ਵੀ ਨਾਲ ਹੀ ਸ਼ੁਰੂ ਹੋਊਗਾ ਬਟ ਫਿਲਹਾਲ ਇਹ ਬੈਚ ਪੀ ਸੀ ਐੱਸ ਪ੍ਰੀ ਆਈ ਐੱਸ ਪ੍ਰੀ ਅਤੇ ਪੀ ਪੀ ਐੱਸ ਸੀ ਅਤੇ ਛੋਟੇ ਪੇਪਰ ਤਾਂ ਆਪ ਹੀ ਕਵਰ ਹੋ ਜਾਣਗੇ ਇਸ ਬੈਚ ਦੀ ਖਾਸੀਅਤ ਹੈ ਇਹ ਬਾਇਲੈਂਗੁਅਲ ਆ ਪੰਜਾਬੀ ਮੀਡੀਅਮ ਜਿਹਦੇ 'ਚ ਕਿ ਮੈਂ ਖੁਦ ਤਿਆਰੀ ਕਰਵਾ ਰਿਹਾ ਤੁਸੀਂ ਮੇਰੇ ਪੜ੍ਹਾਏ ਹੋਏ ਸਾਰੇ ਸਬਜੈਕਟ ਸਾਇੰਸ ਤੋਂ ਲੈ ਕੇ ਮੈਥਸ ਤੋਂ ਲੈ ਕੇ ਜੀ ਐੱਸ ਸਾਰੀ ਰੀਜ਼ਨਿੰਗ ਕੰਪਿਊਟਰਸ ਤੁਸੀਂ ਮੇਰਾ ਪੜ੍ਹਾਇਆ ਦੇਖ ਸਕਦੇ ਹੋ ਠੀਕ ਆ ਮੈਂ ਇਹ ਨਹੀਂ ਕਹਿੰਦਾ ਕਿ ਇੱਕ ਟੀਚਰ ਸਾਰੇ ਸਬਜੈਕਟ ਕਿਵੇਂ ਪੜ੍ਹਾ ਲਊਗਾ ਮੈਂ ਤਾਂ ਬਸ ਇਹ ਗੱਲ ਕਹਿ ਰਿਹਾ ਕਿ ਕਿਸੇ ਵੀ ਸਬਜੈਕਟ 'ਚ ਮੈਨੂੰ ਦੇਖਣਾ ਹੈ ਤਾਂ ਤੁਸੀਂ ਯੂਟਿਊਬ 'ਤੇ ਮੇਰੀਆਂ ਡੈਮੋਜ਼ ਪਈਆਂ ਨੇ ਹਰ ਸਬਜੈਕਟ ਦੀਆਂ ਸਾਇੰਸ ਦਾ ਮੈਂ ਵੈਸੇ ਸਟੂਡੈਂਟ ਹਾਂ ਬਾਕੀ ਸਬਜੈਕਟ ਮੈਂ ਸਾਰੇ ਪੜ੍ਹਾਏ ਹੋਏ ਆ ਤੁਸੀਂ ਮੈਨੂੰ ਖਾਰਜ ਵੀ ਕਰ ਸਕਦੇ ਹੋ ਪਾਸ ਵੀ ਕਰ ਸਕਦੇ ਹੋ ਪਰ ਜਿਹੜੇ ਬੱਚੇ ਤੁਹਾਡੇ 'ਚੋਂ ਤਿਆਰੀ ਕਰਨਾ ਚਾਹੁੰਦੇ ਆ ਜਾਂ ਦੂਜਿਆਂ ਨੂੰ ਦੱਸਣਾ ਚਾਹੁੰਦੇ ਆ ਤਾਂ ਜੇ ਉਹ ਆਈ ਐੱਸ ਪੀ ਸੀ ਐੱਸ ਜਾਂ ਪੀ ਪੀ ਐੱਸ ਸੀ ਦੀ ਤਿਆਰੀ ਕਰ ਰਿਹਾ ਤਾਂ ਉਹ ਇਸ ਐਡਰੈਸ 'ਤੇ ਆਉਣਗੇ ਅਤੇ ਸੰਪਰਕ ਕਰਨਗੇ ਬਾਕੀਆਂ ਦੀ ਤਿਆਰੀ ਜਿਹੜੀ ਆ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਕਰਾਈ ਜਾਊਗੀ ਠੀਕ ਆ ਜੀ ਇਹ ਸਾਡੇ ਆਫਲਾਈਨ ਅਤੇ ਔਨਲਾਈਨ ਬੈਚਿਸ ਦੀ ਇਨਫੋਰਮੇਸ਼ਨ ਸੀ ਇਸ ਤੋਂ ਬਿਨਾਂ ਅਸੀਂ ਲਗਾਤਾਰ ਬੁੱਕਸ ਲੈ ਕੇ ਜਿਵੇਂ ਪੰਜਾਬ ਕਰੰਟ ਅਫੇਅਰਸ ਦੀ ਬੁੱਕ ਆ ਰਹੀ ਹੈ ਸੋ ਇਹ ਬੁੱਕਸ ਲੈ ਕੇ ਅਸੀਂ ਜਲਦੀ ਤੋਂ ਜਲਦੀ ਤੁਹਾਡੇ ਨਾਲ ਤੁਹਾਨੂੰ ਮਿਲਾਂਗੇ ਤਾਂ ਜੋ ਕਿਸੇ ਵੀ ਤਰੀਕੇ ਨਾਲ ਤੁਹਾਡਾ ਨੁਕਸਾਨ ਨਾ ਹੋਵੇ ਗੱਲ ਕਰਦੇ ਹਾਂ ਅਗਲੇ ਕਰੰਟ ਅਫੇਅਰ ਦੀ ਪੰਜਾਬ ਦੇ ਵਿੱਚ ਬਠਿੰਡਾ ਉਹ ਪਹਿਲਾ ਜ਼ਿਲ੍ਹਾ ਹੈ ਪੰਜਾਬ 'ਚ ਬਠਿੰਡਾ ਉਹ ਪਹਿਲਾ ਜ਼ਿਲ੍ਹਾ ਹੈ ਜਿੱਥੇ 24 ਘੰਟੇ ਫ੍ਰੀ ਲੀਗਲ ਏਡ ਦਿੱਤੀ ਜਾਊਗੀ ਲੀਗਲ ਏਡ ਦਾ ਮਤਲਬ ਹੈ ਕਾਨੂੰਨੀ ਸਹਾਇਤਾ ਦਿੱਤੀ ਜਾਊਗੀ ਠੀਕ ਆ ਅਸਲ ਦੇ ਵਿੱਚ ਕਾਨੂੰਨੀ ਸਹਾਇਤਾ ਦੇਣੀ ਚਾਹੀਦੀ ਹੈ ਇਸ ਸਰਕਾਰ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਭਾਰਤ ਦੇ ਸੰਵਿਧਾਨ ਦੇ ਵਿੱਚ ਸੰਵਿਧਾਨ ਦੇ ਆਰਟੀਕਲ 39A 'ਚ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਵੀ ਹੈ ਨੈਤਿਕ ਜ਼ਿੰਮੇਵਾਰੀ ਵੀ ਹੈ ਕਿ ਤੁਸੀਂ ਲੋਕਾਂ ਨੂੰ ਫ੍ਰੀ ਲੀਗਲ ਏਡ ਦਿਓ ਅਤੇ ਸਰਕਾਰ ਨੇ ਇਸ ਪਾਸੇ ਕੰਮ ਵੀ ਕੀਤਾ ਹੈ ਤੁਹਾਨੂੰ ਪਤਾ 1979 ਦੇ ਵਿੱਚ ਪੀ ਐੱਨ ਭਗਵਤੀ ਜਿਹੜੇ ਸੀਗੇ ਸਾਡੇ ਚੀਫ ਜਸਟਿਸ ਉਹਨਾਂ ਨੇ ਇੱਕ ਕੋਨਸੈਪਟ ਇੰਟਰੋਡਿਊਸ ਕੀਤਾ ਸੀਗਾ ਇਸ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਨਿਆਂਪਾਲਿਕਾ ਦੇ ਵਿੱਚ ਇੱਕ ਕੋਨਸੈਪਟ ਆਇਆ ਸੀਗਾ ਪੀ ਆਈ ਐੱਲ ਪਬਲਿਕ ਇੰਟਰਸਟ ਲਿਟੀਗੇਸ਼ਨ ਜਨਹਿਤ ਯਾਚੀਕਾ ਪੀ ਐੱਨ ਭਗਵਤੀ ਉਹਦੇ ਪਾਇਓਨੀਅਰ ਉਹਨੂੰ ਉਹਦੇ ਸ਼ੁਰੂਆਤ ਕਰਤਾ ਮੰਨੇ ਜਾਂਦੇ ਆ 1982 'ਚ ਲੋਕ ਅਦਾਲਤਾਂ ਦਾ ਕੰਸੈਪਟ ਗੁਜਰਾਤ ਤੋਂ ਸ਼ੁਰੂ ਹੁੰਦਾ ਹੈ 1987 'ਚ ਲੋਕ ਅਦਾਲਤਾਂ ਨੂੰ ਪੱਕੇ ਤੌਰ 'ਤੇ ਸਾਰਿਆਂ ਸੂਬਿਆਂ 'ਚ ਲਾਗੂ ਕਰਨ ਵਾਸਤੇ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਐਕਟ 1987 ਪਾਸ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਲੋਕ ਅਦਾਲਤਾਂ ਪੂਰੇ ਦੇਸ਼ 'ਚ ਫੈਲ ਜਾਂਦੀਆਂ ਲੋਕ ਅਦਾਲਤਾਂ ਬਣਾਉਣੀਆਂ ਪਬਲਿਕ ਇੰਟਰਸਟ ਲਿਟੀਗੇਸ਼ਨ ਇਹ ਸਾਰੇ ਲੋਕਾਂ ਨੂੰ ਫ੍ਰੀ ਕਾਨੂੰਨੀ ਸੇਵਾ ਦੇਣ ਦਾ ਇੱਕ ਤਰੀਕਾ ਹੀ ਹੋਇਆ ਸੋ ਪੰਜਾਬ ਦੇ ਵਿੱਚ ਬਠਿੰਡੇ 'ਚ ਪਹਿਲੀ ਵਾਰ ਹੋਊਗਾ ਕਿ ਕਿਸੇ ਵੀ ਸ਼ਖਸ ਨੂੰ ਜੇ ਕਾਨੂੰਨੀ ਸਹਾਇਤਾ ਚੱਲਦੀ ਆ ਅਤੇ ਉਹ ਨਹੀਂ ਹੈਗਾ ਤਾਂ ਉਹ ਇਹ ਕਾਨੂੰਨੀ ਸਹਾਇਤਾ ਉਹਨਾਂ ਨੂੰ ਮਿਲੂਗੀ ਠੀਕ ਆ ਅਸਲ 'ਚ ਇਹ ਕਾਨੂੰਨੀ ਸਹਾਇਤਾ ਦੇਣ ਦੀ ਜ਼ਿੰਮੇਵਾਰੀ ਡਿਸਟ੍ਰਿਕਟ ਲੈਵਲ ਸਰਵਿਸ ਅਥਾਰਟੀ ਦੀ ਆ ਠੀਕ ਆ ਜਿਹਦਾ ਕਿ ਮੁਖੀ ਜਿਹੜਾ ਉਸ ਜ਼ਿਲ੍ਹੇ ਦੀ ਜਿਹੜੀ ਜੱਜ ਹੁੰਦਾ ਹੈੱਡ ਮੁਖੀ ਜੱਜ ਹੁੰਦਾ ਉਹਦਾ ਚੇਅਰਮੈਨ ਹੁੰਦਾ ਹੈ ਕਹਿੰਦੇ ਇਹ ਸਾਰਾ ਕੁਝ ਬਣਿਆ ਕਦੋਂ ਇਹ ਬਣਿਆ ਸੀ ਜਦੋਂ ਨੈਸ਼ਨਲ ਲੀਗਲ ਸਰਵਿਸ ਅਥਾਰਟੀ 1987 'ਚ ਬਣਦੀ ਹੈ ਐਕਟ ਨਾਲ ਮਕਸਦ ਸੀ ਕਿ ਪੂਰੇ ਦੇਸ਼ ਦੇ ਵਿੱਚ ਲੀਗਲ ਸਰਵਿਸਿਜ਼ ਜਿਹੜੀ ਆ ਉਹਨੂੰ ਫ੍ਰੀ ਕਰਨ ਵਾਸਤੇ ਇਹ ਅਥਾਰਟੀ ਬਣਾਉਣੀ ਚਾਹੀਦੀ ਹੈ ਅਤੇ ਬਣਾਈ ਵੀ ਗਈ ਅਤੇ ਇਹ ਸਾਰੇ ਦਾ ਸਾਰਾ ਇਸ ਅਥਾਰਟੀ ਦਾ ਕੰਟਰੋਲ ਸੁਪਰੀਮ ਕੋਰਟ ਦੇ ਹੱਥ 'ਚ ਹੁੰਦਾ ਹੈ ਕਿਵੇਂ ਜਿਹੜਾ ਸਾਡਾ ਮੁੱਖ ਨਿਆਂਧੀਸ਼ ਆ ਚੀਫ ਜਸਟਿਸ ਆ ਉਹ ਇਹਦਾ ਪੈਟਰਨ ਇਨ ਚੀਫ ਹੁੰਦਾ ਹੈ ਅਤੇ ਜਿਹੜਾ ਦੂਜੇ ਨੰਬਰ ਦਾ ਸੀਨੀਅਰ ਮੋਸਟ ਜੱਜ ਆ ਉਹ ਇਹਦਾ ਚੇਅਰਮੈਨ ਹੁੰਦਾ ਹੈ ਐਵੇਂ ਸਟੇਟ ਲੈਵਲ 'ਤੇ ਆ ਜਾਓ ਸਟੇਟ ਲੈਵਲ 'ਤੇ ਜਿਹੜੇ ਚੀਫ ਜਸਟਿਸ ਸਾਹਿਬ ਹੁੰਦੇ ਨੇ ਉਹ ਇਹਦੇ ਪੈਟਰਨ ਚੀਫ ਹੁੰਦੇ ਨੇ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ 'ਤੇ ਆ ਜਾਓ ਡਿਸਟ੍ਰਿਕਟ ਲੈਵਲ 'ਤੇ
ਅਤੇ ਜਿਹੜਾ ਡਿਸਟ੍ਰਿਕਟ ਕੋਰਟ ਦਾ ਜਿਹੜਾ ਹੈੱਡ ਜੱਜ ਹੁੰਦਾ ਹੈ ਉਹ ਇਹਦਾ ਚੇਅਰਮੈਨ ਹੁੰਦਾ ਹੈ। ਸੋ ਡਿਸਟ੍ਰਿਕਟ ਲੈਵਲ 'ਤੇ ਬਠਿੰਡਾ ਜ਼ਿਲ੍ਹਾ ਪਹਿਲਾ ਜ਼ਿਲ੍ਹਾ ਹੈ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਜਿਹੜੇ ਕੈਦੀ ਨੂੰ ਕੋਈ ਵੀ ਵਕੀਲ ਮੁਹੱਈਆ ਨਹੀਂ ਹੋਊਗਾ ਉਹਨੂੰ ਫ੍ਰੀ ਲੀਗਲ ਏਡ ਦੀ ਜ਼ਿੰਮੇਵਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਹੋਊਗੀ। ਸੋ ਇਹ ਆਪਣੇ ਆਪ 'ਚ ਇੱਕ ਬੜਾ ਵਧੀਆ ਉਪਰਾਲਾ ਲੱਗਿਆ। ਸੰਵਿਧਾਨ ਦਾ ਅਨੁਛੇਦ 39 ਇਹ ਵੀ ਸਰਕਾਰ ਨੂੰ ਇਹ ਕਹਿੰਦਾ ਹੈ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਨੂੰ ਸਮਝੋ। ਕਿਹੜੀ ਜ਼ਿੰਮੇਵਾਰੀ ਨੂੰ? ਕਿ ਲੋਕਾਂ ਨੂੰ ਫ੍ਰੀ ਲੀਗਲ ਏਡ ਦੇਣੀ ਦੇਣੀ ਆ, ਲੋਕਾਂ ਨੂੰ ਮੁਕਤ ਕਾਨੂੰਨੀ ਸਹਾਇਤਾ ਦੇਣੀ ਹੀ ਦੇਣੀ ਆ। ਨੈਕਸਟ, ਬਿਨਾਂ ਸਮਾਂ ਖਰਾਬ ਕਰੇ ਅੱਗੇ ਚੱਲਦੇ ਹਾਂ। IIT ਰੋਪੜ ਦੇ ਕੀਤੇ ਗਏ ਇੱਕ ਉਪਰਾਲੇ ਤੋਂ ਜਿਹਦਾ ਨਾਮ ਆ ਐਮੀਲੈਕਸ। ਬੇਸਿਕਲੀ ਐਮੀਲੈਕਸ ਹੈ ਕੀ ਆ? ਐਮੀਲੈਕਸ ਇੱਕ ਅਜਿਹਾ ਯੰਤਰ ਬਣਾਇਆ ਗਿਆ ਹੈ ਜਿਹੜਾ ਜਦੋਂ ਆਪਾਂ ਨੂੰ ਆਕਸੀਜਨ ਚੜ੍ਹਾਈ ਜਾਂਦੀ ਹੈ ਤਾਂ ਬਹੁਤ ਸਾਰੀ ਆਕਸੀਜਨ ਵੇਸਟ ਹੁੰਦੀ ਹੈ, ਉਸ ਆਕਸੀਜਨ ਦੀ ਵੇਸਟੇਜ ਨੂੰ ਘਟਾਊਗਾ ਉਹਦੀ ਰੈਸ਼ਨਿੰਗ ਕਰਕੇ, ਠੀਕ ਆ। ਸੋ ਇਹ ਇੱਕ ਆਕਸੀਜਨ ਦੇ ਫਲੋ ਨੂੰ ਰੈਗੂਲੇਟ ਕਰੂਗਾ ਤਾਂ ਕਿ ਇੱਕ ਮਰੀਜ਼ ਨੂੰ ਉਨੀ ਆਕਸੀਜਨ ਮਿਲੇ ਜਿੰਨੀ ਉਹਨੂੰ ਚਾਹੀਦੀ ਹੈ। ਆਕਸੀਜਨ ਕਿੰਨੀ ਕੁ ਜ਼ਰੂਰੀ ਆ, ਕਿੰਨਾ ਕੁ ਜ਼ਰੂਰੀ ਗੈਸ ਆ, ਇਹਦਾ ਪਤਾ ਸਾਨੂੰ ਕੋਰੋਨਾ ਦੇ ਵੇਲੇ ਹੋ ਗਿਆ ਸੀ ਜਦੋਂ ਅਸੀਂ ਭਾਰਤ ਦੀਆਂ ਨਦੀਆਂ 'ਚ ਤੈਰਦੀਆਂ ਲਾਸ਼ਾਂ ਵੇਖੀਆਂ ਸੀ, ਠੀਕ ਆ। ਸੋ ਇਹੋ ਜਿਹੇ ਯੰਤਰ ਦੀ ਵਾਕਈ ਭਾਰਤ ਸਰਕਾਰ ਨੂੰ ਬਹੁਤ ਲੋੜ ਆ। ਸੋ ਐਮੀਲੈਕਸ ਖਬਰਾਂ ਸੀ, ਮੈਂ ਤੁਹਾਡੇ ਸਾਹਮਣੇ ਕਲੀਅਰ ਕਰਤਾ। ਕਰੰਟ ਅਫੇਅਰ ਆ ਗਿਆ ਜੀ ਡੈਡੀਕੇਟਡ ਫਰਾਈਟ ਕੋਰੀਡੋਰ। ਤੁਹਾਨੂੰ ਪਤਾ ਕਿ ਭਾਰਤ ਦੇ ਵਿੱਚ ਸਪੈਸ਼ਲ ਰੇਲ ਦੀਆਂ ਪਟੜੀਆਂ ਵਿਛਰੀਆਂ ਨੇ ਜਿਹੜੀਆਂ ਸਿਰਫ ਅਤੇ ਸਿਰਫ ਮਾਲ ਢੁਆਈ ਵਾਸਤੇ ਵਰਤੀਆਂ ਜਾਣਗੀਆਂ, ਉਹਨਾਂ ਵਾਸਤੇ ਲਫ਼ਜ਼ ਵਰਤਿਆ ਗਿਆ ਡੈਡੀਕੇਟਡ ਫਰਾਈਟ ਕੋਰੀਡੋਰ। ਇਹਨਾਂ ਨੂੰ ਬਣਾਉਣ ਦੀ ਜ਼ਿੰਮੇਵਾਰੀ ਹੈ ਡਰਾਈਟ ਫਰਾਈਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ, ਜਿਹੜੀ ਕਿ ਰੇਲਵੇ ਮਿਨਿਸਟਰ ਦੇ ਅੰਡਰ ਕੰਮ ਕਰੂਗੀ। ਇਹ ਦੋ ਇਹੋ ਜਿਹੇ ਕੋਰੀਡੋਰ ਗਲਿਆਰੇ ਬਣਾ ਰਹੀ ਆ, ਇੱਕ ਰੇਲ ਦੀ ਪਟੜੀ ਨੂੰ ਕਿਹਾ ਜਾਊਗਾ ਵੈਸਟਰਨ ਕੋਰੀਡੋਰ, ਇੱਕ ਈਸਟਰਨ। ਜਿਹੜਾ ਈਸਟਰਨ ਕੋਰੀਡੋਰ ਆ ਉਹ ਪੰਜਾਬ ਤੋਂ ਲੈ ਕੇ ਵੈਸਟ ਬੰਗਾਲ ਤੱਕ ਆ, ਜਿਹੜਾ ਵੈਸਟਰਨ ਕੋਰੀਡੋਰ ਆ ਉਹ UP ਹਰਿਆਣਾ ਬਾਰਡਰ ਤੋਂ ਲੈ ਕੇ ਉੱਥੋਂ ਤੱਕ ਆ ਮਹਾਰਾਸ਼ਟਰਾ ਤੱਕ ਆ। ਦੋ ਕੋਰੀਡੋਰ ਜਿਹੜੇ ਆ ਜੀ ਉਹ ਬਣਨ ਜਾ ਰਹੇ ਆ, ਜਿਹਦੇ 'ਚ ਜਿਹੜਾ ਵੈਸਟਰਨ ਕੋਰੀਡੋਰ ਆ, ਠੀਕ ਆ, ਤਾਂ ਉਹਦੀ ਲੰਬਾਈ ਜਿਹੜੀ ਆ ਜੀ ਉਹ ਇੱਕ ਵੈਸਟਰਨ ਕੋਰੀਡੋਰ ਆ, ਠੀਕ ਆ, ਜਿਹਦੇ 'ਚ ਕਿ ਇੱਕ ਈਸਟਰਨ ਕੋਰੀਡੋਰ ਆ, ਠੀਕ ਆ। ਦੋਵੇਂ ਮੈਂ ਦੱਸਤੇ, ਲੰਬਾਈ ਵਗੈਰਾ ਮੈਂ ਅੱਗੇ ਕਲੀਅਰ ਕਰ ਦਿੰਦਾ, ਥੋੜ੍ਹੇ ਜਿਹੇ ਮੈਨੂੰ ਫੈਕਟ ਭੁੱਲਿਆ ਹੋਊਗਾ ਇਹਦੇ ਬਾਰੇ। ਹਾਂਜੀ, ਜਿਹੜਾ ਈਸਟਰਨ ਕੋਰੀਡੋਰ ਆ ਉਹ ਪੰਜਾਬ ਦੇ ਲੁਧਿਆਣੇ ਤੋਂ ਲੈ ਕੇ ਵੈਸਟ ਬੰਗਾਲ ਦੇ ਡਨਕਨੀ ਤੱਕ, ਜਿਹੜਾ ਪੰਜਾਬ ਹਰਿਆਣਾ UP ਬਿਹਾਰ ਝਾਰਖੰਡ ਅਤੇ ਵੈਸਟ ਬੰਗਾਲ ਨੂੰ ਕਵਰ ਕਰੂਗਾ। ਵੈਸਟਰਨ ਕੋਰੀਡੋਰ ਜਿਹੜਾ 1504 ਕਿਲੋਮੀਟਰ ਦਾ ਹੈ ਇਹ ਮਹਾਰਾਸ਼ਟਰਾ, ਗੁਜਰਾਤ, ਰਾਜਸਥਾਨ, ਹਰਿਆਣਾ ਅਤੇ UP ਨੂੰ ਕਵਰ ਕਰੂਗਾ, ਠੀਕ ਆ। ਇਹ UP ਤੋਂ ਲੈ ਕੇ UP ਦੇ ਦਾਦਰੀ ਤੋਂ ਲੈ ਕੇ ਮਹਾਰਾਸ਼ਟਰਾ ਦੇ ਵਿੱਚ ਸਾਡੀ ਇੱਕ ਬੰਦਰਗਾਹ ਹੈ, ਪੋਰਟ ਆ, ਜਵਾਹਰਲਾਲ ਨਹਿਰੂ ਪੋਰਟ ਟਰੱਸਟ, ਉੱਥੋਂ ਤੱਕ ਜਾਊਗਾ। ਕਿਹੜੀਆਂ ਕਿਹੜੀਆਂ ਸਟੇਟਾਂ ਕਵਰ ਕਰੂਗਾ ਉਹ ਮੈਂ ਕਲੀਅਰ ਕਰਤਾ। ਈਸਟਰਨ ਕੋਰੀਡੋਰ ਆ ਜਿਹੜਾ, ਠੀਕ ਆ, ਜਿਹੜਾ ਪੂਰਵੀ ਗਲਿਆਰਾ ਹੈ ਜਿਹੜਾ ਕਿ ਆਪਣਾ ਲੁਧਿਆਣੇ ਤੋਂ ਡਨਕਨੀ ਜਾ ਰਿਹਾ ਹੈ, ਉੱਥੋਂ ਇੱਕ 46 ਕਿਲੋਮੀਟਰ ਦੀ ਪਟੜੀ ਹੋਊਗੀ ਜਿਹੜੀ ਕਿ ਖੁਜਾਰੋ, ਬੁਲੰਦ ਸ਼ਹਿਰ ਨੂੰ ਦਾਦਰੀ ਨਾਲ ਜੋੜੂਗੀ। ਇਹਦੇ ਨਾਲ ਵੈਸਟਰਨ ਅਤੇ ਈਸਟਰਨ ਕੋਰੀਡੋਰ ਹਰਿਆਣੇ ਤੋਂ ਲੈ ਕੇ, ਹਰਿਆਣੇ ਅਤੇ UP ਬਾਰਡਰ 'ਤੇ ਇੱਕ ਹੈਗਾ ਪਿੰਡ ਦਾਦਰੀ, ਉੱਥੋਂ ਲੈ ਕੇ ਇੱਥੋਂ ਤੱਕ ਆ ਖਜੂਰਾ ਬੁਲੰਦ ਸ਼ਹਿਰ, ਉੱਥੋਂ ਤੱਕ ਇੱਕ ਕੋਰੀਡੋਰ ਆਊਗਾ ਜਿਹੜਾ ਕਿ ਦੋਵਾਂ ਨੂੰ ਜੋੜ ਦੂਗਾ। ਈਸਟ ਅਤੇ ਵੈਸਟ ਆਪਸ 'ਚ ਇੱਥੋਂ ਜੁੜੇ ਹੋਣਗੇ, ਠੀਕ ਆ। ਕਈਆਂ ਨੂੰ ਨਹੀਂ ਸਮਝ ਆਈ, ਆ ਚੱਕੋ, ਲੁਧਿਆਣੇ ਤੋਂ ਡਨਕਨੀ ਤੱਕ ਵੈਸਟਰਨ ਈਸਟਰਨ ਕੋਰੀਡੋਰ ਆ, ਦਾਦਰੀ ਤੋਂ ਲੈ ਕੇ ਜਵਾਹਰਲਾਲ ਨਹਿਰੂ ਪੋਰਟ ਟਰੱਸਟ ਤੱਕ ਵੈਸਟਰਨ, ਇੱਥੇ ਦਾਦਰੀ ਤੋਂ ਲੈ ਕੇ ਖੁਰਜਾ ਤੱਕ ਇੱਕ 46 ਕਿਲੋਮੀਟਰ ਦੀ ਪਟੜੀ ਵਿਛੂਗੀ ਜਿਹੜੀ ਇੱਧਰ ਜਾ ਰਹੇ ਈਸਟ ਅਤੇ ਇੱਧਰ ਜਾ ਰਹੇ ਵੈਸਟ ਨੂੰ ਆਪਸ 'ਚ ਇੱਥੋਂ ਜੋੜ ਦੂਗੀ, ਠੀਕ ਆ ਜੀ। ਇਹ ਕਰੰਟ ਅਫੇਅਰ ਸੀਗਾ ਸਾਡਾ ਇਸ ਲੈਕਚਰ ਦਾ, ਲਾਸਟ ਕਰੰਟ ਅਫੇਅਰ, ਬਿਕੋਜ਼ ਇਸ ਤੋਂ ਅੱਗੇ ਆਈ ਥਿੰਕ ਕਰੰਟ ਅਫੇਅਰ ਸ਼ਾਇਦ ਖਤਮ ਆ, ਠੀਕ ਆ। ਸੋ ਤੁਸੀਂ ਬਹੁਤ ਸਬਰ ਕਰਕੇ ਮਾਸਟਰ ਕਲਾਸਿਸ ਪਟਿਆਲਾ ਦੇ ਕਰੰਟ ਅਫੇਅਰ ਸੁਣ ਰਹੇ ਹੋ, ਇਹਦੇ ਵਾਸਤੇ ਤਹਿ ਦਿਲੋਂ ਤੁਹਾਡਾ ਧੰਨਵਾਦ, ਠੀਕ ਆ। ਜੇ ਕਿਸੇ ਵੀ ਗੱਲ ਕੋਈ ਸਾਡੀ ਬੁਰੀ ਲੱਗੀ ਉਹਦੇ ਲਈ ਸੌਰੀ, ਬਟ ਕੋਸ਼ਿਸ਼ ਇਹੀ ਕਰਿਓ ਕਿ ਜੇ ਤੁਹਾਨੂੰ ਇਹ ਲੈਕਚਰ ਚੰਗਾ ਲੱਗਾ ਤੁਸੀਂ ਦੂਜਿਆਂ ਨੂੰ ਜ਼ਰੂਰ ਰਿਕਮੈਂਡ ਕਰੋ। ਸਾਡੇ ਕੋਰਸਿਸ ਚੰਗੇ ਲੱਗਦੇ ਆ, ਸਾਡਾ ਟੈਲੀਗ੍ਰਾਮ 'ਤੇ ਚੈਨਲ ਆ ਮਾਸਟਰ ਕਲਾਸਿਸ ਪਟਿਆਲਾ, 5-6 ਹਜ਼ਾਰ ਦੇ ਵਿੱਚ ਉਹਦੇ ਸਬਸਕ੍ਰਾਈਬਰ ਨੇ, ਇੱਕ 6 ਹਜ਼ਾਰ ਤੋਂ ਉੱਪਰ ਵਾਲਾ ਵੀ ਹੈਗਾ ਹੈ, ਉਹ ਗਰੁੱਪ ਹੋਣ ਕਰਕੇ ਅਸੀਂ ਉਹਨੂੰ ਬੰਦ ਕਰ ਰਹੇ ਹਾਂ। ਸੋ ਮਾਸਟਰ ਕਲਾਸ ਪਟਿਆਲਾ ਦੇ ਚੈਨਲ ਨੂੰ ਫੋਲੋ ਕਰੋ, ਉਹਦੇ 'ਤੇ ਅਸੀਂ ਵੱਧ ਤੋਂ ਵੱਧ ਜਿੰਨੇ ਵੀ ਨੈਬ ਅਤੇ ਟੈਸਟ ਸੀਰੀਜ਼ ਦੇ ਕੁਸ਼ਚਨ ਪੇਪਰ 1-2 ਸ਼ੇਅਰ ਕੀਤੇ ਆ। ਮਾਸਟਰ ਕਲਾਸਿਸ ਪਟਿਆਲਾ ਇੱਕ ਬੜੀ ਫੁੱਲੀ ਡੈਡੀਕੇਟਡ ਨੈਬ ਦੀ ਟੈਸਟ ਸੀਰੀਜ਼ ਚਲਾ ਰਿਹਾ ਹੈ, ਐਪ 'ਤੇ ਜਾਓ, ਫ੍ਰੀ ਟੈਸਟ ਵੀ ਪਏ ਆ, ਪੰਜਾਬ ਦਾ ਟੈਸਟ ਓਪਨ ਪਿਆ ਹੈ, ਕੁਆਲਿਟੀ ਲੈਵਲ ਚੈੱਕ ਕਰੋ, ਉਸ ਤੋਂ ਬਾਅਦ ਬਾਕੀ ਸਾਰੀ ਟੈਸਟ ਸੀਰੀਜ਼ ਚਾਹੋ ਤਾਂ ਬਾਏ ਕਰ ਸਕਦੇ ਹੋ। ਉਮੀਦ ਕਰਦਾ ਕਿ ਤੁਸੀਂ ਸਾਡਾ ਇਸ ਵਾਰ ਤਿਆਰੀ ਕਰਵਾਉਣ 'ਚ ਸਾਥ ਦਿਓਗੇ, ਇਹਦੇ ਲਈ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਵੀਡੀਓਜ਼ ਨੂੰ ਦੇਖ ਰਹੇ ਹੋ, ਪਿਆਰ ਕਰ ਰਹੇ ਹੋ, ਐਪਰੀਸ਼ੀਏਟ ਕਰਦੇ ਹੋ। ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।